ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡਾ 450 ਕੇ ਪੂਰਾ ਭੁਲਾਈ ਪਏਗਾ ਪਿਆਏਗਾ ਪਿਆਏਗਾ ਕੁੜੀ ਨੂੰ ਦਰੇ ਉਧਰ ਵੇ ਉਧਰ ਤੇ ਬੇਸਮੈਂਟ ਚ ਲਿਫਟ ਖੁੱਲੀ ਤੇ ਜਿਆਦਾ ਨਹੀਂ ਤੁਸੀਂ ਕਹਿੰਦਾ ਚਾਰ ਕੁੜੀਆਂ ਵਾਲਿਆ ਚਾਹ ਨਹੀਂ ਬੁੱਢੀ ਕੁੜੀਆਂ ਸਰਵ ਪਈ ਤੱਕ ਐ ਕਹਿੰਦੇ ਮਲ ਛਾ ਹੁੰਡੀਆਂ ਐ ਆਪਾਂ ਹੀ ਆਪ ਪੈਰ ਲੱਗੇ ਨਹੀਂ ਸੀ ਕਿਤੇ ਗੰਦੇ थार अपनी होगी वेलो ही उठते हस हस हसन लह पे कारण पता कि अं खुश रही खुश कोई ना मन के दुख नहीं रखते दुख आते भी आ पर उन्होंने समझते नहीं कारण कि गुरु महाराज जाइना वा टेंशन लग दी रही है जो मालक वधिया करूगा पर यह होंगे कि लोग अपनी जिंदगी ना लिच भड़ूचियाँ करते हैं ना आप कई बार उन्होंने जवाब नहीं देंगे आप यार छड छड पर मैं ना यह चीज़ सोचता ना कितना कितने उन्होंने जवाब देना बनता ज कोई ना कोई कार्रवाई करवानी बनती उन्होंने भी है ना तो अज मैं वो काम करना है बड़ा टाइम हो गया चल कोई नहीं तो कार्रवाई सब तो वधिया कार्रवाई करना वह की फायदा कानूनी कार्रवाई सब तो वधिया होंगी है वो लेट जरूर होंगी है तो जरा मतलब कि रिजल्ट हों सब तो वधिया हों है ना तो एक तुम होर वधिया गल दसदा कुछ दिन पहला यो चीज़ की मैं मेरे ते परचा आया ही एक हथियार वाला है ना मैं पहला फोन फान करवा लिया कि चल इदा सिस्टम सैट आ जाए पर नहीं एंड द एंड मैं कोर्ट से अपनी जमानत लाई तो मेरी परसों के चौथे मेरी जमानत भी हो गई है कानूनी कार्रवाई बंदा करावे लेट जरूर होगी पर रिजल्ट बड़ा सोहना मिलता जमानत हो गई होना टेंशन फ्री लोग आप करता शुरू आज दिन की आप करती शुरुआत दे बहुत ज़्यादा सोहना वा जो तुम मैं कैमरे के परले पास व्यू खावा क्योंकि मीह पैन डा मठा मठा पर यह मीह के बाद सू कोई फायदा नहीं है ना सू कोई फायदा तो नहीं एक तो अपने झोने खराब होने पेंड है ना दूजी गल ये आ कि इतने कोई काम कार होना नहीं है मीह के ना मतलब कि भज भज गड्डिया बहना पैना भज भज कैफे जाना पैना भज भज जिम जाना पैना होर जो भी काम करा भज भज करने पैने यार भेजना जाइए भेजना जाइए पर जब आप भेजा है ना दो चार जो मेन मेन काम करके उस बाद आप भेजा तो गाड़ का की माहौल बनता मेन दो तीन काम यह एक अपनी थार ज पूरी टका टक होनी है ना ओके रिपोर्ट होनी है जमा वो तुम फाइनल लुक खाऊंगा अंटीना अंटूना सब कुछ लग जाना वा तो मिलते हैं उत्थे पैरसों जाके बाकी दो चार अं काम कराइए आ जाओ चलते हैं जिंदर के फ्लैट में गल पता साले अपने को आया ना जा तानू के कंजक चाबी ला लगे जाओ शीशे लगी मैं फोटो नींद रात लेट अस सुते ਅੰਦਰ ਨਾਲੇ ਸਾਡੇ ਕਾਲ ਲੱਗੀ ਸੀ ਜੀ ਆਪਣੀ ਕੀ ਹੁੰਦੀ ਆ ਅਦਾਲਤ ਸਾਡੇ ਅਦਾਲਤ ਚ ਲੜੀ ਗਈ ਜੇ ਤਾਂ ਉੱਟੇ ਦਾ ਆਤ ਜੇ ਤਾਂ ਖਲਾਰਾ ਮੋੜ ਗਿਆ ਅਦਾਲਤ ਜੀ ਨੇ ਖਲਾਰਾ ਪਿਆ ਵੇਖਿਆ ਕੁਰਸੀਆਂ ਕਰਸੀਆਂ ਖਿਲਾ ਗਿਆ ਮੈਂ ਨਹੀਂ ਕੰਮ ਔਖਾ ਇਹ ਸਾਰੇ ਗਲਤ ਨਾ ਸਮਝਣ ਕਿਤੇ ਨਹੀਂ ਗਲਤ ਨਹੀਂ ਸਮਝਣਾ ਦਾਤ ਲੱਗੀ ਸੀ ਏਦਾਂ ਕਿ ਸਾਡੀ ਕੋਈ ਚੀਜ਼ ਗਵਾ ਗਈ ਸੀ ਚਾਬੀ ਲਿਆ ਤਾਂ ਹੀ ਜਾਵਾਂਗੇ ਇੱਥੇ ਕੁੜੀ ਤੁਰ ਕੇ ਜਾਣਾ ਸੀ ਮੈਂ कम मी हो पिया जी वेखो चेक करो ए मौसम लभना कि पिंड तो भी तगड़ा ही
ਪਿੰਡ ਦੇ ਗੁਰੂ ਅੱਜ ਜ਼ਿਆਦਾ ਕੰਮ ਖਰਾਬ ਹੋਣ ਡਿਆ ਤੇ ਹਨਾ ਝੋਨੇ ਦੀ ਜਮਾਂ ਡੰਡ ਇੱਥੇ ਜਾਣ ਡੀ ਦੋਹਰੇ ਦੋਹਰੇ ਲਾ ਕੇ ਵੇਖ ਲਿਆ ਸਾਡੇ ਨਾਲ ਦੇ ਬੰਦਿਆਂ ਨੇ ਦੱਸਣ ਡੇ ਮੈਂ ਕੱਲ੍ਹ ਜਦੋਂ ਕਿਹਾ ਕਈ ਝੋਨੇ ਇਹੋ ਜਿਹੇ ਦੋਹਰੇ ਲਾਏ ਦੋਹਰੇ ਲਾ ਕੇ ਉਹਨਾਂ ਨੂੰ ਹਜੇ ਸੂਤਰੀ ਵੇਖਣ ਡੇ ਆ ਕਿ ਪਾਣੀ ਪਾਉਣੀ ਦਾ ਤਾਂ ਜਦੋਂ ਫਿਰ ਮੀਂਹ ਆ ਗਿਆ ਤਾਂ ਜਮਾਂ ਹੀ ਓਕੇ ਰਿਪੋਰਟ ਹੋ ਗਿਆ ਜਿੰਨਾ ਚਿਰ ਪਾਣੀ ਸੁੱਕਦਾ ਨਹੀਂ ਹੁਣ ਉੱਥੇ ਦੁਬਾਰਾ ਲਾਉਣਾ ਪੈਣਾ ਮਤਲਬ ਘੱਟੋ ਘੱਟ ਵੀ ਸਾਡੇ ਘਰ ਦੇ ਲਾਗੇ ਜਿੱਥੇ ਸੜਕ ਜਾਂਦੀ ਸੜਕ ਦੇ ਨਾਲ ਆ ਕੇ ਪਾਣੀ ਬਲੋਕ ਹੁੰਦਾ ਉਹ 40-50 ਕਿੱਲੇ ਖਰਾਬ ਹੋਏ ਝੋਨੇ ਦੇ ਲਾ ਲਓ ਹਿਸਾਬ ਤੇ ਉਹ 40-50 ਕਿੱਲੇ ਥੋੜ੍ਹੇ ਨਹੀਂ ਹੁੰਦੇ ਮੈਂ ਕਿਹਾ ਹੌਲੀ ਚੱਲ ਜੀ ਇਹਨਾਂ ਨੂੰ ਸਾਲਿਆ ਭੱਜਾ ਭੱਜਾ ਦਾ ਬੂਥਾ ਬਣਾ ਕੇ ਬਹਿ ਜੇ ਅੱਜ ਕੱਲ ਨੂੰ ਗੱਲਾਂ ਕਰਾਂਗੇ ਵੀਰ ਮੇਰੇ ਉਹ ਚਲੋ ਵੀ ਚੱਲ ਭਾਂਜੇ ਦੋ ਪੈਸੇ ਬਿਸਕੁਟ ਫੜ ਲਈ ਨਾ ਪਠਾਣੇ ਵੀ ਜਾਣਾ ਫਿਰ ਆਪਾਂ ਕੋਰਟ ਚ ਜਾਣਾ ਬੜੇ ਕੰਮ ਕਰਨੇ ਬਹੁਤ ਕੰਮ ਕਰਨੇ ਅੱਜ ਮੈਂ ਬਹੁਤ ਕੰਮ ਕਰਨੇ ਮੈਂ ਕੋਰਟ ਨਹੀਂ ਸਾ ਕਰਨਾ ਕਿਸੇ ਦਾ ਜਿਹੜੀ ਗੱਲ ਕੋਰਟ 'ਚ ਮੰਨਣੀ ਆ ਬਸ ਆਪਣੇ ਕੋਲ ਪਰੂਫ ਚਾਹੀਦੇ ਜਦੋਂ ਕੋਈ ਆਪਾਂ ਨੂੰ ਮਾੜਾ ਬੋਲਦਾ ਨਾ ਉਹਦੀ ਵੀਡੀਓ ਬਸ ਆਪਣੇ ਨੂੰ ਚਾਹੀਦੀ ਹੁੰਦੀ ਆ ਜਦੋਂ ਵੀਡੀਓ ਆਪਣੇ ਕਰ ਜਾਈਏ ਨਾ ਉਹ ਆਪਣੀ ਫਿਟੇ ਲੈ ਕੇ ਆਪਾਂ ਉਸ ਚੀਜ਼ ਨੂੰ ਪੁਲਿਸ ਦੇ ਕੋਲ ਲੈ ਕੇ ਜਾਣਾ ਕਿ ਨਹੀਂ ਲੈ ਕੇ ਜਾਣਾ ਜੇ ਕੋਈ ਆਪਾਂ ਨੂੰ ਟੋਰਚਰ ਕਰਦਾ ਜੇ ਆਪਣੇ ਆਪਣੇ ਬਾਰੇ ਮਾੜਾ ਬੋਲਦਾ ਨਾ ਭਾਂਜੇ ਮਜ਼ਾਕ ਨਹੀਂ ਕਰਦਾ ਸੱਚੀ ਸੀਰੀਅਸਲੀ ਗੱਲ ਉਹ ਵੀਡੀਓ ਤੂੰ ਜਾ ਕੇ ਦੇ ਕਰਾਂ ਕਿਆ ਵੇਖ ਲਓ ਆ ਕੀ ਕਰਨ ਡਿਆ ਉਸ ਤੋਂ ਬਾਅਦ ਜਿਹੜੀ ਕਾਰਵਾਈ ਉਹਨਾਂ ਕਰਨੀ ਹੈ ਨਾ ਜਿਹੜਾ ਠੋਪੂ ਉਹਨਾਂ ਲਾਉਣਾ ਵਾ ਉਹ ਤੋਂ ਮਿਹਨਤ ਜਾਏਗੀ ਬਣਦਾ ਫਿਰ ਭਾਈ ਮੁੰਡੇ ਨੇ ਗੱਡੀ ਕਿੱਡੀ ਪਰਫੈਕਟ ਲਾਉਂਦਾ ਹੈ ਨਾ ਵੇ ਫਰੈਰੀ ਹੈਗੀ ਮੁੰਡੇ ਦੀ ਗੱਲ ਭਾਰੇ ਕਿ ਡਰਾਈਵਰ ਚ ਹੈ ਤੇਰਾ ਭਲਾ ਜੇ ਤੇਰਾ ਨਾਲ ਦੇ ਲੈਂਦੇ ਉਮਰੇ ਕਮਰਾ ਛੱਡਦਾ ਜੀ ਕਹਿੰਦੇ ਕੀ ਲੈ ਕੇ ਆ ਗਏ ਕਹਿੰਦੇ ਦੁੱਧ ਨਾਲ ਬਿਸਕੁਟ ਖਾਣਗੇ ਉਹ ਲੈ ਕੇ ਆ ਕੇ ਹਾਏ ਨਾਲ ਦੇ ਕਿਤੇ ਕੰਮ ਆਏ ਕੋਟੇ ਪਿੱਤੋਂ ਦੇ ਗੰਡੇ ਮੁੰਡੇ ਸਵੇਰ ਦਾ ਅਸੀਂ ਵੀ ਤੁਹਾਨੂੰ ਕੋਈ ਸਰਪ੍ਰਾਈਜ਼ ਦੇਵਾਂਗੇ ਛੇਤੀ ਅਸਾਂ ਵੀ ਸਰਪ੍ਰਾਈਜ਼ ਬੜੇ ਰੱਖੇ ਆ ਚਾਬੀ ਆਪਣੇ ਕੋਲ ਜੇ 15 ਨੰਬਰ ਵੱਜਦੇ ਤੇ ਹੁਣ ਕਿਹੜੇ ਗੋਲੇ ਖੋਲਣਾ ਆਪਾਂ ਬਾਹਰ ਬੈਠਣਾ ਸੀ ਆਪਾਂ ਜਾਣਾ ਮੇਰੇ ਪਿੰਡ ਦਾ ਕੀ ਨਾਂ ਦਾ ਮਾਰਨਾ ਇਹ ਸਾਰੇ ਤਾਂ ਬੱਠਾ ਆਉਂਦੇ ਨਾ ਪੁੱਤ ਆਪਣੇ ਬੰਦੇ ਆ ਇੱਥੇ ਹੋੜਾ ਇਕੱਠਾ ਕੀਤਾ ਹੈ ਇੱਥੇ ਹੋੜਾ ਬਗੀਚਾ ਇਕੱਠਾ ਕੀਤਾ ਮਿੱਤਰਾ ਮੁੰਡੇ ਨਾ ਉਹ ਨਾ ਹੀ ਕਰ ਲੈਂਗੇ ਚਾਹ ਪੀਤੇ ਪਹਿਲਾਂ ਫਿਰ ਨਾਲੀ ਨਹੀਂ ਨਾਲੀ ਪਹਿਗਾ ਇਹਨਾਂ ਦੀ ਕੁੱਤੇ ਵਾਲੀ ਜਵਾਨ ਲੱਗ ਜਾਂਦੀ ਬਸ ਬਹੁਤ ਜ਼ਿਆਦਾ ਤੇਜ਼ ਹੈਗੀ ਚਾਹ ਵਾਲੀ ਤੇਰਾ ਭਲਾ ਜੇ ਕੱਪੜੇ ਆ ਹੁਣ ਸੁੱਕਣੇ ਪਏ ਆਪਣਾ ਲੀੜਾ ਕੱਪੜਾ ਸਾਰਾ ਉਧਰ ਪਿਆ ਵਾ ਸੋ ਇੱਥੋਂ ਚਾਹ ਪਾਣੀ ਪੀ ਗਏ ਤੇ ਵਲੌਗ ਐਡਿਟ ਕਰਕੇ ਤੇ ਨਿਕਲਦੇ ਆ ਦੂਜੇ ਫਲੈਟ ਦੇ ਵਿੱਚ ਉੱਥੋਂ ਫਿਰ ਨਹਾ ਧੋ ਕੇ ਫਿਰ ਨਿਕਲਦਾ ਗੇ ਇਧਰਲੇ ਫਲੈਟ ਦੇ ਵਿੱਚ ਬੜੇ ਕੰਮ ਕਰਨਾ ਇੱਦਾਂ ਸਾਰਾ ਸਾਡਾ ਗੇੜਾ ਲੱਗਦਾ ਰਹਿੰਦਾ ਕਦੀ ਇਹਨੂੰ ਏਦਾਂ ਟਾਈਮ ਲੱਗ ਜਾਂਦਾ ਸਾਡਾ ਸਾਰਾ ਮਿੱਤਰਾ ਕਹਿੰਦੇ ਕੀ ਹੋ ਗਿਆ ਭਾਂਜਾ ਚਾਹ ਬਣਾ ਕੇ ਲਿਆ ਜੇ ਹੋਣਾ ਕੀ ਆ ਬਿਸਕੁਟ ਲਿਆਦੇ ਵੀਰ ਕਿਉਂ ਰੱਖਣਾ ਪੈਣ ਕਦੇ ਖੜਨਾ ਹੀ ਗੇਲਾ ਚਾਹ ਵੇਖੋ ਤੁਸੀਂ ਪਰ ਜਿਹੜੀ ਤੁਹਾਡੇ ਭਰਾ ਚਾਹ ਬਣਾ ਕੇ ਲਾਉਂਦਾ ਨਾ ਕੱਲ੍ਹ ਨੂੰ ਗੱਲਾਂ ਹੀ ਕਰਵਾਉਂਦਾ ਜਾਂ ਸਰਪੰਚ ਦੀ ਚਾਹ ਸਭ ਤੋਂ ਘੈਂਟ ਹੁੰਦੀ ਜਾਂ ਗੁਰੀ ਦੀ ਅਤੇ ਜਾਂ ਫਿਰ ਨਿਸ਼ਾਨ ਦੀ ਜਾਂ ਫਿਰ ਦਾ ਆਪਣੀ ਸਿਰਤ ਮੈਂ ਹੁਣ ਆਪ ਕਿੱਦਾਂ ਕਰਾਂ ਹੈ ਤੁਹਾਨੂੰ ਪਿਆਉਂਗਾ ਕਿ ਜਦੋਂ ਕਦੇ ਕੋਠੀ ਦਾ ਮੂਰਤ ਕੀਤਾ ਨਾ ਫਿਰ ਥੋੜ੍ਹਾ ਜਿਹਾ ਆ ਜਾ ਵੀ ਅੱਜ ਬਹਿ ਜਾ ਇੱਧਰਲੇ ਪਾਸੇ ਆ ਕੇ ਥੱਲੇ ਬਹਿ ਜਾ ਦੇ ਆਹ ਸਟੂਲ ਲੈ ਮੈਂ ਅੰਦਰੋਂ ਫੜ ਕੇ ਲਿਆਉਣਾ ਇੱਧਰ ਰੱਖ ਮੈਂ ਵੀ ਅੰਦਰੋਂ ਲਿਆਉਣਾ ਤੂੰ ਫੜ ਜਾ ਲਿਆ ਫਿਰ ਕੱਚਾ ਪੱਕਾ ਵਾ ਤੇ ਬਾਕੀ ਦਸ ਹੋਣੀ ਇੱਥੇ ਕੱਲ ਨੂੰ ਗੱਲਾਂ ਕਰਾਉਣ ਨੂੰ ਹੈ ਚਾਹ ਪੀ ਕੇ ਫਿਰ ਨਿਕਲਦੇ ਆ ਕਿਸੇ ਪਾਸੇ ਆ ਜਾ ਬਈ ਆ ਜਾ ਪਕੌੜੇ ਖਾਣੇ ਆਪਾਂ ਅੱਜ ਪਕੌੜਿਆਂ ਵਾਲਾ ਪ੍ਰੋਗਰਾਮ ਪੱਕਾ ਕਰੀਏ ਧਿਆਨ ਸੇ ਬਈ ਮਸਾਲਾ ਵਿੱਚ ਰੱਖਿਆ ਸੀ ਪਾਇਆ ਸਾਰਾ ਨਿਕਲਦਾ ਮਸਾਲੇ ਰਹਿ ਗਏ ਪਾਣੀ ਸੁੱਕ ਗਿਆ ਸਾੜ ਕੇ ਬਣਾਈ ਚਾਹ ਉਹ ਅੱਗੇ ਗੱਲ ਕਰਨਾ ਮੈਂ ਚਾਹ ਬਣਾਉਂਦਾ ਢਿੱਲੋ
ਉਹ ਸੁੱਤਾ ਜੇ ਮੈਂ ਨਹੀਂ ਤੈਨੂੰ ਪਿਆਸ ਨਹੀਂ ਅੱਛਾ ਅੱਛਾ ਨਿਸ਼ਾਨ ਚਾਹ ਤੇ ਕਾਂਡੇ ਨਹੀਂ ਪਾਈ ਯਾਰ बस गल कर दी टेंशन टेंशन में जो हो गया बस लगा अगर हम मिठा पा लगे पर गल नहीं बनी जी चाह रहा रड़ मिठा पै गया कल गल होनी है ना वो चीज़ नहीं होनी हम अं मिठा बच्चे पावे चिमचा खोर चाह ठंडी हो गई मित्रा लुडी लुडी लिया भी मिठा पाई लिया भी मित्रा साढ़े ग्यारह गए मतलब आप करता एक्सपोर्ट मतलब कि एडिट किया जिन भांजे नहाता धोता अद्धे पौने घंटे करता जो नौकरी के लिए आप छेती छेती अच्छे असल ना मतलब थोड़ा जहा छोटा है छोटा भी कहता पैंती मिनट का बस कई बंद तीन बन जाने अपनी सर्फ पई ही उसे खंड पी उसे लून पिया मारे दो जी सब्जी जो बड़ा जहा झगी हो गई साली कहता की हो गया चल चाह फुट की मैं चलिया चाह नहीं फुटी सर्फ पई थक बंदे सारे अपने एडमी पे भाई नहीं नहीं गल बात ओदा मिठा नहीं पिया भाई बाकी तो बढ़िया बन गया अरे मैं बड़ी लेती सुन के मित्र चाहो चाहे बिठा दे डॉक्यूमेंट की आ ए साला तेनु फोन आंदा बने बाद इतना कितना की मेनू फोन आंदे आ मैं नंबर नहीं दूंगा मैं चलाउंदा नहीं है पर मेनू फोन आंदे आ मेरे बबी दी एसटीडी का नंबर जितना कितना फोन आंदे जितना कितना मेनू फोन आंदे और मैं जाके ठाणे जाऊंगा बड़ा कुछ लेके आगे छेती बुढ़ी ड्रा गया लुटना ग्राउंड फ्लोर रोकी मैं तू रोकी लुटा ट्यून हो रहा चली गए ला गड्डी जा भी है अपने को आप इदा करेंगे निशान दे जाएंगे जो भी जाना इतना पहाड़ ले जाएंगे आप नहीं आप पैर लगे नहीं थे अभी बिजी बहुत है सू कोटा चाहिए काम है काम अच्छ बड़े करने अज थाने जाना पेपर पहला माली वाली कचहरी जाना फिर हाई कोर्ट वाली कचहरी जाना है बड़े काम पेपर जाने फ्रिज लाना ठंडे हुए हाँ फ्रिज लाने पड़ने कोटला काम मैं पद हफ्ते का डन कर लिया बाकी भांजे ने भेजा मैं क्या तू आ दो दिन काम करके आ तो मैं गलबात कर ला गलबात ना करनी कि जान मेरी है मतलब कि आपको कुछ ज्यादा पता नहीं तो मैं गल कर लगा जो तुम इसी तरह नहीं पता जे ते प्रति कोई बंदा माड़ा चंगा बोलता ना तो ना लैके बोलता उस चीज़ की नॉर्मल जी कंप्लेन पी एक घीसियाँ यह होंगे ना बाद चो जो तुम होर तक जाए घीसियाँ करवाई बंद दियाँ फिर हाई कोर्ट चल जाओ रिट पा दो कि यहोजी घड़ीसा पेगा ना यहोजा घड़ीसा पेगा बंद सारी उम्र ज्यादा रखेगा ना लैना तो बड़ी दूर की गल है वो अपनी जबान चाहे ना वैसे नहीं कभी लगेगा कि मैं तो बंद पहुँच जाता ही नहीं मतलब कि जे आप सही तरीके चलना कानून बड़ी वधिया चीज़ है जे आप सच्चे हाँ तो जो अपने को प्रूफ है जो अपने को एविडेंस है उत्थे काम चलना एविडेंस सिर पर उत्थे अपनी जबान चुड़ी आप कह दें कि जी इदा इदा करके आ चीज़ ना उत्थे प्रूफ उत्थे पेपर वर्ग उत्थे प्रूफ चलता उत्थे जो तुहाडे खिलाफ किन्ने वीडियो पाई वीडियो वेखी जानी है कि ये बंद ने माड़ा बोलिया जां इस बंद ने धमकी दी आ उस चीज़ चलदियां वा आह काम सब तो घंटे तुहाडा भरा हुण कर लगा वा तुहानूं थोड़े दिन च इस चीज़ तुहानूं दस दूंगा हुण पिछे तुहानूं इह गल दसी सी कल वाले ब्लॉग दसी सी कि मेरी मेरा हथियारां वाला किसी ने मेरे ते नजायज़ पाया ही तो आप गलत नहीं ही आप कोर्ट के गाड़ी आप अपनी अर्जी लाई एप्लीकेशन लाई टाइम जरूर लगा सत्त अठ महीने लग गए और जबान तो गई है ना जो आप गलत होंगे तो फिर कितों होनी अपने को प्रूफ ही सारा कुछ हैगा ही ये चीज़ है कि पुलिस नहीं माड़ी होंगी ना कानून माड़ा आ बस अपने को एविडेंस चाहिए जो आप सच्चे तो सच्चे बंद को एविडेंस होंगे ही है ना प्रूफ होंगे ही है सो घबरा नहीं चाहिए कभी भी कई जरा हों के अपने तक मतलब मेरे को एफ आर आई है मैं डर के भजी जावा इस चीज़ का रिजल्ट मैं पिछले साल भुगत लिया ही अपन पुलिस इनवैसटीगेशन बुलाई है ना भजना नहीं पुलिस नहीं माड़ी होंगी जाना वा जाके अपना पक्ष रखना वा जो तुम भजोगे उन्होंने तो यो लगना कि भाई एक बंद झूठे आ है ना जो तुम पुलिस का कभी फोन आता जो कई आप नक् वेख के पिछा मुड़ा
ਨਹੀਂ ਕਾਗਜ਼ ਪੂਰੇ ਨਾ ਚੱਲ ਜਾਓ ਕੋਈ ਨਹੀਂ ਰਿਕੁਐਸਟ ਕਰੋ ਉਹ ਵੀ ਬੰਦੇ ਹੀ ਆ ਉਹ ਵੀ ਇਨਸਾਨ ਹੀ ਆ ਆਪਾਂ ਮੋਟਰਸਾਈਕਲ ਚਲਾਉਂਦੇ ਆਪਾਂ ਵੀ ਬੰਦੇ ਜਿਹੜੇ ਡਿਊਟੀ ਕਰਨਦੇ ਉਹ ਵੀ ਬੰਦੇ ਜਿਹੜੀ ਪੁਲਿਸ ਹੁੰਦੀ ਉਹ ਤਾਂ ਵੈਸੇ ਆਉਂਦੇ ਨਾ ਕਿ ਲੋਕ ਭਲਾਈ ਲਈ ਬਣਾਈ ਜਾਂਦੀ ਕਿ ਲੋਕਾਂ ਦੀ ਹੈਲਪ ਕਰਨ ਵਾਸਤੇ ਬਣਾਈ ਜਾਂਦੀ ਮਾੜੇ ਆਪਾਂ ਇੱਥੇ ਹੋ ਜਾਂਦੇ ਕਿ ਆਪਾਂ ਨਾਕਾ ਵੇਖ ਗੱਡੀ ਵਾਪਸ ਮੋੜ ਲੈਂਦੇ ਹਾਂ ਹੈ ਨਾ ਉਹ ਚੀਜ਼ ਕਰਕੇ ਕਿ ਆਪਾਂ ਕੁਝ ਨਹੀਂ ਕਾਗਜ਼ ਪੱਤਰ ਪੂਰੇ ਜਾ ਕੇ ਕੋਈ ਨਹੀਂ ਕਿ ਸਰ ਮੇਰੇ ਕੋਲ ਕਾਗਜ਼ ਨਹੀਂ ਹੈਗੇ ਇੱਡਾ ਵੀ ਕੋਈ ਮਾੜਾ ਨਹੀਂ ਹੁੰਦਾ ਅੱਗੇ ਮੈਂ ਇੱਕ ਦਿਨ ਇਹ ਚੀਜ਼ ਪਹਿਲਾਂ ਵੀ ਬੋਲ ਕੇ ਦੱਸੀ ਸੀ ਉਹ ਵੀਰਾਂ ਨੇ ਮੈਨੂੰ ਕਮੈਂਟ ਵੀ ਕੀਤੇ ਸੀ ਉਹ ਵਲੋਗ 'ਚ ਕਿ ਬਾਈ ਇਸ ਚੀਜ਼ ਦਾ ਸਾਨੂੰ ਮਤਲਬ ਕਿ ਰਿਜ਼ਲਟ ਮਿਲਿਆ ਕਿ ਕਿਤੇ ਕੋਈ ਵੀਰ ਆਪਣਾ ਗਿਆ ਨਾਕੇ 'ਤੇ ਘੇਰਿਆ ਉਹਨੇ ਜਾ ਕੇ ਸਤਿ ਸ਼੍ਰੀ ਅਕਾਲ ਬੁਲਾਈ ਗੋਡੀਆਂ 'ਤੇ ਲਾਇਆ ਅਤੇ ਪੁਲਿਸ ਔਫਿਸਰ ਨੇ ਮੈਨੂੰ ਇਹ ਗੱਲ ਕਹੀ ਕਿ ਬਾਈ ਸਾਨੂੰ ਤਾਂ ਕਿਸੇ ਨੇ ਇੱਦਾਂ ਛੇਤੀ ਕਿ ਤੁਹਾਡੇ ਗੋਡੀਆਂ 'ਤੇ ਕੋਈ ਲਾਉਂਦਾ ਹੀ ਨਹੀਂ ਤਾਂ ਕਰਕੇ ਕਿ ਜਦ ਜੀ ਆਪਾਂ ਕਹਿੰਦਾ ਵਧੀਆ ਬੋਲਾਂਗੇ ਵਧੀਆ ਵਤੀਰਾ ਕਰਾਂਗੇ ਅਗਲਾ ਇੱਡਾ ਪਾਗਲ ਨਹੀਂ ਤੁਹਾਡਾ ਚਲਾਣ ਕਰ ਤੁਹਾਡੇ ਹੱਥ 'ਚ ਫੜਾ ਦੂਗਾ ਹੈ ਨਾ ਕਈ ਬੜਾ ਪ੍ਰਭਾਵ ਪਾਉਂਦੇ ਆ ਜਦੋਂ ਪੁਲਿਸ ਨੇ ਡੱਕ ਲਿਆ ਫੜ ਕੇ ਫੋਨ ਕਰਨ ਨੂੰ ਨਾ ਕਰਿਓ ਗੱਲ ਇੱਦਾਂ ਨਹੀਂ ਹੁੰਦਾ ਜਾਣ ਮੇਰੀਏ ਇਹ ਤੁਹਾਨੂੰ ਤਾਂ ਸਮਝਾਉਣ ਡਿਆ ਤੁਹਾਡੇ ਗੱਲਾਂ ਕੰਮ ਵਾਲੀਆਂ ਮੇਰਾ ਭਰਾ ਜਿਹੜੇ ਮੈਨੂੰ ਵੇਖਦੇ ਆ ਬਾਕੀ ਆਪਾਂ ਕਿਸੇ ਦੀ ਦੁੱਖੀ ਦੁੱਖੀ ਨੂੰ ਸਮਝਾ ਕੀ ਕਰਨਾ ਜਿਹੜੇ ਹੱਥੋਂ ਜੈਲਸੀ ਕਰਦੇ ਉਹਨਾਂ ਨੂੰ ਥੋੜ੍ਹੀ ਸਮਝਾਉਣਾ ਉਹਨਾਂ ਨੂੰ ਜਿਹੜੇ ਸਾਨੂੰ ਵੇਖਦੇ ਸਾਨੂੰ ਪਿਆਰ ਕਰਦੇ ਹੈ ਨਾ ਬਾਕੀ ਇੱਥੇ ਆਉਂਦੇ ਹੁੰਦੇ ਨਾ ਕਿ ਬੜਾ ਕੋਈ ਲੋਕ ਬੋਲਦੇ ਉਹ ਚੀਜ਼ ਦਾ ਮੈਂ ਆਉਂਦੇ ਨੇ ਪਰਵਾਹ ਨਹੀਂ ਕਰਦਾ ਮੈਨੂੰ ਬਸ ਇਹ ਹੈ ਕਿ ਮੈਂ ਆਪਣੇ ਪੌੜੇ ਚੜ੍ਹੀ ਜਾਂਦਾ ਵਾਂ ਲਾਗੇ ਬੰਦੇ ਰੋੜੇ ਮਾਰਦੇ ਲੱਤਾਂ ਖਿੱਚਦੇ ਉਹਨਾਂ ਖਿੱਚੀ ਜਾਣੀਆਂ ਉਹਨਾਂ ਦਾ ਕੰਮ ਹੈ ਆਪਣਾ ਕੰਮ ਹੈ ਸਿਰਫ ਆਪਣਾ ਲੈ ਬੇ ਮਿੱਤਰ ਭੰਜ ਨੂੰ ਛੱਡ ਗਿਆ ਕਿੱਦਾਂ ਖਲੋਤਾ ਰੁੱਖ ਥੱਲੇ ਵੇਖ ਫੇਟੀਆਂ ਹੁੰਦੀਆਂ ਬੱਲਾ ਬੱਲਾ ਵੇ ਵੀਡੀਓ ਸ਼ੂਟ ਕਰਨ ਦਾ ਇੱਦਾਂ ਹੀ ਪਾ ਦੇਣੀ ਆ ਰੀਲ ਤੇ ਤੇਰਾ ਭਲਾ ਜੇ ਤੇਰਾ ਆਜਾ ਲਓ ਵੀ ਕਹਿੰਦਾ ਨਾ ਕਹਿੰਦਾ ਮੈਨੂੰ ਇੱਥੇ ਲੱਗੋ ਆਜਾ 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 ਬਾਰੀ ਖੋਲਦਾ ਆਜਾ ਮੇਰਾ ਵੀਰਾ ਆਜਾ ਲਓ ਸਰ ਲਓ ਸਰ ਲਓ ਸਰ ਲਓ ਸਰ ਥੈਂਕ ਯੂ ਆ ਜਾਓ ਬਈ ਮੈਂ ਕੀ ਗੱਲ ਕਰਨਾ ਵੀਰਾ ਨਾ ਮੈਂ ਕਿਹਾ ਜਿਹੜੇ ਜੱਜ ਸਾਹਿਬਾਨ ਹੁੰਦੇ ਆ ਨਾ ਉਹਨਾਂ ਨੇ ਬਹੁਤ ਕੁਝ ਤਰ੍ਹਾਂ ਤਰ੍ਹਾਂ ਦੇ ਲੋਕ ਵੇਖੇ ਹੁੰਦੇ ਉਹਨਾਂ ਨੇ ਹੈਨਾ ਜਿਹੜਾ ਫੈਸਲਾ ਉਹਨਾਂ ਨੇ ਕਰਨਾ ਸਾਨੂੰ ਮਨਜ਼ੂਰ ਆ ਸੱਚ ਝੂਠ ਦਾ ਤੇ ਪਤਾ ਲੱਗੂਗਾ ਨਾ ਹੈ ਜਿਹੜੇ ਲੋਕ ਬਾਹਰ ਲੋਕਾਂ ਦੀ ਨਿਗਾਹ 'ਚ ਬੜੇ ਬਣੇ ਰਹਿੰਦੇ ਨਾ ਕਿ ਅਸੀਂ ਇੱਦਾਂ ਇੱਦਾਂ ਉੱਥੇ ਚੱਲਣੇ ਪ੍ਰੂਫ ਅਤੇ ਉਹਨਾਂ ਨੇ ਜੋ ਫੈਸਲਾ ਕਰਤਾ ਠੀਕ ਆ ਸਿਰ ਮੱਥੇ ਆ ਕਿਉਂਕਿ ਉਹਨਾਂ ਨੇ ਫੈਸਲਾ ਉਹ ਕਰਨਾ ਹੁੰਦਾ ਵਾ ਉਹਨਾਂ ਨੇ ਉੱਥੇ ਹਜ਼ਾਰਾਂ ਲੋਕ ਆਉਂਦੇ ਤੁਸੀਂ ਝੂਠ ਬੋਲੋਗੇ ਨਾ ਉਹਨਾਂ ਤੁਹਾਡੇ ਝੂਠ ਤੋਂ ਪੜ ਲੈਣਗੇ ਤੁਸੀਂ ਇਹ ਸੱਚ ਕਿ ਝੂਠ ਆ ਪ੍ਰੂਫ ਦੀ ਵੀ ਲੋੜ ਨਹੀਂ ਹੁੰਦੀ ਉੱਥੇ ਚੱਲੀਏ ਫਿਰ ਓਕੇ ਮੋੜੋਗੇ ਓਕੇ ਓਕੇ ਮਿੱਤਰੋ ਇੱਥੋਂ ਦਾ ਕੰਮ ਤਾਂ ਨਿਬੜ ਗਿਆ ਜੇ ਹੁਣ ਅਸੀਂ ਜਾਵਾਂਗੇ ਫਲੈਟ ਮੇਰੇ ਵਾਲੇ ਫਲੈਟ ਯੂਨੋ ਉੱਥੋਂ ਤਿਆਰ ਹੋ ਕੇ ਨਹਾ ਧੋ ਕੇ ਫਿਰ ਗੁਰੂ ਮਹਾਰਾਜ ਦਰਸ਼ਨ ਮੇਲੇ ਕਰਕੇ ਉਹ ਤੋਂ ਬਾਅਦ ਚੱਲਦੇ ਹਾਂ ਫਿਰ ਜਿੰਮ ਲਾਈਏ ਕਿ ਹਾਈਕੋਰਟ ਦਾ ਕੰਮ ਕਰ ਲਈਏ ਹਾਈਕੋਰਟ ਦਾ ਕੰਮ ਕਰਦੇ ਹਾਂ ਜਿੰਮ ਫਿਰ ਸ਼ਾਮਾਂ ਦਾ ਕਰਦੇ ਹਾਂ ਫਿਰ ਬਾਅਦ 'ਚੋਂ ਪੈਸੀ ਫੋਨ ਕਰਨਾ ਕਹਿੰਦਾ ਗੱਡੀ ਟਲੀ ਕਰਾ ਦਿੱਤੀ ਜੀ ਅਤੇ ਤਾਰ 'ਤੇ ਘੁੰਮਦੇ ਗੱਲ ਇਹ ਹੋਈ ਹੈ ਕਿ ਯਾਰ ਮੀਂਹ ਪੈ ਗਿਆ ਨਹੀਂ ਤਾਂ ਹਾਈ ਧੋ ਹਾਈ ਧੋਈ ਗੱਡੀ ਪੈਰ ਸਿਰ ਬੜੀ ਲਿਸ਼ਕਾ ਪੁਸ਼ਕਾ ਮੰਨ ਲਈ ਸੋ ਅੱਜ ਮੀਂਹ ਦੇ ਵਿੱਚ ਉਹਦੇ 'ਤੇ ਘੁੰਮਿਆ ਜਾਊਗਾ ਸਰ ਇੱਥੋਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਹਾਈਕੋਰਟ ਵਾਲਾ ਕੰਮ ਕਰਕੇ ਉਸ ਤੋਂ ਬਾਅਦ ਫਿਰ ਅਸੀਂ ਥਾਰ ਫੜਦੇ ਉੱਥੇ ਚੱਲਦੇ 17 ਚੱਲਦੇ ਉੱਥੇ ਲੱਗਦੇ ਟੀ ਸ਼ਰਟ ਪਿੰਡ ਦੂਜੀ ਪੌੜੀ ਟੇਬਲ ਹੀ ਪਾਉਣੀ ਟੇਬਲ ਹੀ ਪਾਉਣੀ ਲਾ ਜੀ ਮਿੱਤਰੋ ਪ੍ਰੋਗਰਾਮ ਦੀ ਹੋਣੀਆਂ ਤਿਆਰੀਆਂ ਕੱਲ੍ਹ ਪ੍ਰੋਗਰਾਮ ਹੈ ਪ੍ਰੋਗਰਾਮ ਇਹ ਆ ਨਿਸ਼ਾਨ ਦੇ ਘਰ ਪ੍ਰੋਗਰਾਮ ਹੈ ਮੁੰਡੇ ਨੂੰ ਘਰੇ ਖੜਨਾ ਤੇ ਕਾਫੀ ਜ਼ਰਾ ਫਨ ਕਰਨਾ ਤੇ ਭੰਗੜੇ ਭੰਗੜੇ ਪਹਿਣਗੇ ਕੱਲ੍ਹ ਨੂੰ ਗੱਲਾਂ ਹੋਣਗੀਆਂ ਸਾਰੇ ਸੱਜਣ ਮਿੱਤਰ ਦੇ ਇਕੱਠੇ ਹੋਣਗੇ ਜਿੰਨੇ ਲੱਗੇ ਬੰਨੇ ਹੋਣਗੇ ਓਕੇ ਰਿਪੋਰਟ ਹੋਊਗਾ ਮੈਂ ਕਹਿ ਪਾ ਚਲੋ ਇਹਨਾਂ ਤੋਂ ਬੋਲਣ ਡਿਆ ਵੀ ਲੱਗੇ ਉਹ ਜਿਹੜਾ ਭਲਾ ਜੀ ਮੁੜਦੇ ਇਸ ਕਰਕੇ ਆਪਾਂ ਹੁਣ ਪਹਿਲਾਂ ਵਲ ਕਰਾਵਾਂਗੇ ਦਾੜੀ ਮੋਸ਼ ਨੂੰ ਸੈੱਟ ਕਰਾਵਾਂਗੇ ਤੇ ਕੱਲ੍ਹ ਨੂੰ ਗੱਲਾਂ ਕਰਾਵਾਂਗੇ ਉਹ ਤੋਂ ਬਾਅਦ ਫਿਰ ਫਲੈਟ ਜਾਵਾਂਗੇ ਨਹਾ ਧੋਗੇ ਫਿਰ ਡੀਡੇ ਲਵਾਂਗੇ ਕੱਪੜੇ ਲੈ ਕੇ ਦੇਵਾਂਗੇ ਭਾਜੀ ਨੂੰ ਨਾਲੇ ਇੱਕ ਅੱਧੀ ਸ਼ਰਟ ਲੈ ਲੂੰਗਾ ਮਿੱਤਰਾ ਪਹੁੰਚ ਗਏ ਹਾਂ ਸਨੀ ਕਹਿੰਦਾ ਛਤਰੀ ਭੇਜਾਂ ਨਹੀਂ ਜੀ ਛਤਰੀ ਸਾਨੂੰ ਨਹੀਂ ਚਾਹੀਦੀ ਆ ਗਏ ਜੀ ਬਸ ਬਹੁਤ ਬਹੁਤ ਧੰਨਵਾਦ ਤੁਹਾਡਾ ਆ ਗਏ ਬਸ ਅਸੀਂ ਭੇਜ ਕੇ ਤਾਂ ਸਾਨੂੰ ਇੱਦਾਂ ਮਜ਼ਾ ਆਉਂਦਾ ਨਾ ਇੱਦਾਂ ਭੇਜ ਕਰੀ ਘਰੇ ਚਲੋ ਵੀ ਭਾਗੋ ਬਾਈ ਭਾਗੋ 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 ਹਾਂ ਭਾਂਡਾ ਕਿੱਧਰ ਆ ਟੱਪਦਾ ਜਾਂਦਾ ਵੇ ਮਿੱਤਰ ਪਹੁੰਚ ਗਏ ਭਾਂਜੀ ਹੋਣੀ ਯਾਰ ਮੈਟਰ ਬਾਹਰ ਨਿਕਲੇ ਕਰਾ ਦੇ ਭਾਂਜੇ ਦੇ ਅੱਜ ਮੈਂ ਲੈ ਗਈ ਜਿਹੜੇ ਮਾੜੇ ਹੱਥ ਮੇਰਾ ਖੜਿਆ ਜਾ ਕਰਨ ਓਕੇ ਲੈ ਬੇ ਮਿੱਤਰ ਮੇਰੇ ਤੋਂ ਰਿਪੋਰਟ ਹੀ ਹੈ ਯਾਰ ਬਸ ਮੈਂ ਕੱਟ ਜਿਹਾ ਲਾਉਣਾ ਵਾ ਥੱਲੇ ਕੱਟ ਲਾਉਣਾ ਓਕੇ ਰਿਪੋਰਟ ਜਿੰਮੀ ਲਾਉਣਾ ਹੈਗੀ ਕੌਫੀ ਕੌਫੀ ਜੀ ਬਿਸਕੁਟ ਉਹ ਤੇਰਾ ਭਲਾ ਜੀ ਤੇਰਾ ਬਿਸਕੁਟ ਨਹੀਂ ਨਹੀਂ ਦੋ ਤੇਰਾ ਦੋ ਸਣੀ ਦਾ ਫਿਰ ਇੱਕ ਮੇਰਾ ਮੇਰਾ ਨਹੀਂ ਹੈਗਾ ਬਾਹਰ ਮੈਂ ਤੈਨੂੰ ਦੋ ਚਾਰ ਗਾਲਾਂ ਕੱਢ ਦੂ ਕੋਈ ਨੀ ਰੂਮ ਦੇ ਕੱਢਦੇ ਡੰਡ ਸਨੀ ਕਰ ਸਕਦੇ ਆ ਜਦੋਂ ਅਸੀਂ ਉੱਥੇ ਆਪਣੇ ਪੰਜਾਬ ਪੁਲਿਸ ਦੀ ਟ੍ਰੇਨਿੰਗ ਕੀਤੀ ਨਾ ਭਾਂਜੇ ਭਾ ਜੇ ਤੈਨੂੰ ਮੈਂ
ਲਾ ਦੇ ਸਾਰੇ ਉਹ ਚੀਜ਼ਾਂ ਤੈਨੂੰ ਪੜ੍ਹਾਦਾ ਨਾ ਤੇ ਤੂੰ ਮੇਰੇ ਹਿਸਾਬ ਨਾਲ ਇੱਕ ਵੀ ਗਲਤੀ ਨਹੀਂ ਕਰੇਗਾ ਜਿਹੜੀ ਆਪਾਂ ਆਪਣੇ ਥਾਣੇ ਥੁਣੇ 'ਚ ਕੰਪਲੇਂਟਾਂ ਆਪਣੀਆਂ ਹੁੰਦੀਆਂ ਤਾਂ ਬਿਲਕੁਲ ਜਮ੍ਹਾਂ ਨੋਰਮਲ ਜਿਸ ਪ੍ਰੋਪਰ ਕਾਨੂੰਨ ਦੇ ਹਿਸਾਬ ਨਾਲ ਆਪਾਂ ਕੰਪਲੇਂਟ ਪਾ ਕੇ ਪ੍ਰੋਪਰ ਕਾਰਵਾਈ ਕਰੀਏ ਇੱਥੇ ਪੰਜਾਬ ਦੇ ਵਿੱਚ ਕੋਈ ਗਲਤੀ ਨਾ ਕਰੇ ਇੱਥੇ ਆਪਣੇ ਸਿਸਟਮ ਕਰਪਸ਼ਨ ਆ ਜਾਂਦੇ ਚਲੋ ਫੋਨ ਕਰਾਤਾ ਇੱਧਰੋਂ ਹੋ ਗਿਆ ਉੱਧਰ ਹੋ ਗਿਆ ਚੱਲ ਉਹ ਚੀਜ਼ ਕਰਕੇ ਥੋੜ੍ਹਾ ਜਿਹਾ ਮਸਲੇ ਹੱਲ ਆਪਾਂ ਕਰਾ ਲੈਂਦੇ ਹਾਂ ਕਿ ਤੂੰ ਲਾਲਾ ਸਾਹਿਬ ਕਿ ਬਾਹਲੀ ਤਗੜਾ ਸਿਸਟਮ ਹੈ ਜੇ ਪ੍ਰੋਪਰ ਕਾਨੂੰਨ ਦੇ ਹਿਸਾਬ ਨਾਲ ਚੱਲੀਏ ਕਿਤੇ ਵਿਹਲਾ ਬੈਠ ਤੈਨੂੰ ਪੜ੍ਹਾ ਕੇ ਚੀਜ਼ਾਂ ਪੜ੍ਹਾਉਣ ਦੋ ਚਾਰ ਵੇਖ ਇੱਕ ਸਨੀ ਦਿਨ ਰਹਿ ਗਿਆ ਇਹਨੂੰ ਅੱਗੇ ਫੜਦਾ ਤੂੰ ਆਪਣਾ ਝੀ ਪਾਈ ਨਾਲੇ ਕਹਿੰਦੇ ਕੀ ਹੋਣ ਡਿਆ ਇਹ ਕਹਿੰਦੇ ਮਾਲਸ਼ਾਂ ਹੋਣ ਡੀਆਂ ਇਹ ਬਾਜ ਬਦਲਦੀ ਮਸ਼ੀਨ ਜਿਵੇਂ ਸਾਡੀ ਗਰੂਆ ਉੱਧਰ ਪਾਂਜਾ ਤੁਰਲੇ ਪਾਸੇ ਡਿਆ ਤੇਰਾ ਭਰਾ ਜੇ ਉਹ ਲਾ ਰਹੇ ਮਸ਼ੀਨਾਂ ਸਿਰ 'ਚ ਕੁੱਕੜ ਦੇ ਖੰਭਾਂ ਨੇ ਕਰ ਲਈ ਵੇ ਗਾਂ ਨੂੰ ਤੇਰਾ ਭਲਾ ਜੇ ਲੈਣੀ ਤੇ ਫਿਰ ਟੋਪੀ ਆ ਤੂੰ ਚਾਹ ਕਾਫੀ ਬਿਸਕੁਟ ਨਿੰਬੂ ਪਾਣੀ ਵੀਆਈਪੀ ਰੂਮ ਦੇ ਵਿੱਚ ਕੱਢੀਆਂ ਹੁੰਦੀਆਂ ਕਾਹਦੇ ਕਰਕੇ ਇਹ ਰੱਬ ਦੀਆਂ ਮੇਰਾ ਕਰਕੇ ਸਣੀ ਦਾ ਕੋਈ ਧੰਨਵਾਦ ਨੀ ਇਹ ਤੇ ਉਹ ਗੱਲ ਹੋ ਗਈ ਨਾ ਜਿੱਦਾਂ ਕਈ ਬੰਦੇ ਸਾਡੇ ਕਰਦੇ ਆ ਧੰਨਵਾਦ ਕਿਸੇ ਦਾ ਕੰਮ ਅਸੀਂ ਕਰਦੇ ਹਾਂ ਬਹੁਤ ਦੁੱਖ ਲੱਗਦਾ ਹੈ ਓਕੇ ਰਿਪੋਰਟ ਟੋਪੀ ਪਾਉਂਦੇ ਖੜਾ ਛਿਲਾ ਦੇ ਫਲਫੀ ਜੀ ਕਰਦੇ ਸੱਚੀ ਮਜ਼ਾਕ ਨੀ ਕਰਦਾ ਥੋੜੀ ਘੱਟ ਇਸ ਨਾ ਕਰਦੇ ਕਿ ਆਊਟ ਨਾ ਲੱਗਣ ਹੁਣੇ ਕਰਦੇ ਮੇਰਾ ਭਰਾ ਅਸੀਂ ਕੱਲ ਨੂੰ ਪਾਰਟੀ ਅਟੈਂਡ ਕਰਨੀ ਆ ਉੱਥੇ ਪਤਾ ਲੱਗੇ ਭਾਂਜਾ ਉੱਕੇ ਰਿਪੋਰਟ ਹੋ ਕੇ ਜਾਵੇ ਬਸ ਚੱਲੀਏ ਮੈਂ ਕਮੈਂਟ ਪੜਨ ਡਿਆ ਬੈਠਾ ਹੋਣੀ ਮੈਨੂੰ ਸੂਤਰਾਂ ਤੋਂ ਖਬਰ ਮਿਲੀ ਆ ਜਿਹੜੀ ਆਪਾਂ ਪ੍ਰਿੰਸੀਪਲ ਵਾਲੀ ਗੱਲ ਨਹੀਂ ਕਰਨ ਦੇ ਛਤਰ ਨੇ ਆਪਣੀ ਕਦੂਦੀ ਖਾਧੀ ਉਹਨੇ ਕਦੇ ਕੈਮਰਾ ਲਵਾਇਆ ਕੁੜੀਆਂ ਦੇ ਬਾਥਰੂਮ 'ਚ ਅੱਛਾ ਹਾਂਜੀ ਮੈਨੂੰ ਹੁਣੇ ਕਮੈਂਟ ਜਿੰਨਾ ਆਪਾਂ ਗੱਲ ਗੱਲ ਕਰਨ ਡਿਆ ਮੈਂ ਕਮੈਂਟ ਪੜਨ ਡਿਆ ਵੀਰ ਜੀ ਛਤਰਾਂ ਦਾ ਹੱਕ ਤਾਂ ਹੈਗਾ ਸੀ ਦੋ ਚਾਰ ਡਿਲਾਂ ਮਾਰ ਦੇਣੀਆਂ ਪੂਰੇ 15 ਮਿੰਟ ਮਗਲੈਲ ਮੈਂ ਜੇ ਚ ਪਾਲਿਆ ਮਗਲੈਲ ਕਿੰਨੀ ਸਨੀ ਆ ਛੱਡ ਗਿਆ ਭਲੇਖੇ ਪੈਸੇ ਪੈ ਗਏ ਸਾਨੂੰ ਟੋਟਲ ਸਾਡੇ ਲੱਗੇ 2250 2250 ਰੁਪਏ ਲਾ ਜਾਂਦੇ ਮਿੱਤਰੋ ਜਦੋਂ ਮੈਂ ਪੈਸੇ ਦੇਣ ਲੱਗਾ ਨੇ ਕਿਹਾ 2250 ਮੇਰੇ ਪੈਰ ਪਿੱਛੇ ਨੂੰ ਮੈਂ ਤਾਂ ਆਪਣੇ ਮੂੰਹ ਵੱਲ ਦੇਖਾਂ ਵੀ ਕਿਤੇ ਕੀ ਕਰ ਦਿੱਤਾ ਇਹਨਾਂ ਨੇ ਤਾਂ ਅੱਛੀਆਂ ਠੀਕ ਆ ਸਬਜ਼ੀ ਫੜਾ ਨਿਕਲ ਗਿਆ ਇਸ ਤਰ੍ਹਾਂ ਮੀਂਹ ਹਟਣ ਦਾ ਨਾ ਨਹੀਂ ਲੈਣ ਡਿਆ ਤੇ ਬਹੁਤ ਜ਼ਿਆਦਾ ਕੰਮ ਖਰਾਬ ਹੀ ਤੇ ਪਰ ਅਸੀਂ ਵੀ ਨਹੀਂ ਰੁਕਣ ਡੇ ਅਸੀਂ ਆਪਣੇ ਕੰਮ ਤੋਂ ਨਿਬੇੜੀ ਜਾਣ ਡੇ ਤੇ ਨਿਬੇੜੀ ਹੀ ਜਾਣੇ ਆ ਤੇ ਅੱਜ ਭਾਂਜੇ ਫਿਰ ਆਪਾਂ ਜਾਣਾ ਹੀ ਲਾਂਟੇ ਕਿਉਂਕਿ ਤੇਰੇ ਕੱਪੜੇ ਲਿਆ ਕੇ ਦੇਣੇ ਜਾਣੇ ਮੇਰੇ ਤੈਨੂੰ ਚੇਤਾ ਭੁੱਲ ਗਿਆ ਜਾਂ ਲਾਂਟੇ ਚੱਲਾਂਗੇ ਤੇ ਜਾਂ ਚੱਲਾਂਗੇ 17 ਪਰ ਤੂੰ ਲੈਣਾ ਕਿ ਮੈਨੂੰ ਇਹ ਦੱਸ ਦਿਨ ਉਸ ਖੜ ਲੈ ਕੇ ਜਾਊਂਗਾ ਫਿਰ ਮੈਂ
ਕੱਲ ਦੀ ਡਰੈਸ ਤੇ ਕੱਲ ਦਾ ਨਾਈਟ ਪਾਰਟੀ ਉਹਦਾ ਆਪਾਂ ਕੁੜਤਾ ਮੈਂ ਸਵਾਣਾ ਤੁਹਾਨੂੰ ਪਰਸੋਂ ਸਵਾ ਲਾਂਗੇ ਹਾਂ ਉਹ ਤੁਸੀਂ ਮੈਨੂੰ ਦੋ ਆਪਣਾ ਉਹਦਾ ਆਪਣਾ ਪ੍ਰੋਗਰਾਮ 12 ਦਾ ਕਿ ਜਦੋਂ ਦਾ 12 ਤੋਂ ਸ਼ੁਰੂ ਹੈ 12 14 ਫਿਰ ਦੋ ਕੁੜਤੇ ਮੈਂ ਸਵਾ ਲੈਂਦੇ ਹਾਂ ਨਾ ਹਾਂ ਇੱਕ ਸਵਾ ਕੇ ਦਊਂ ਤੈਨੂੰ ਫਿੱਕਾ ਰੰਗ ਬੜਾ ਸੋਹਣਾ ਲੱਗਦਾ ਉਹ ਇੱਕ ਵਾਈਟ ਸਵਾਣਾਗੇ ਤੇ ਦੋ ਹੀ ਮੈਂ ਸਵਾ ਲੂੰਗਾ ਉਹ ਆਪਾਂ ਜਿੱਦਣ ਇੱਥੋਂ ਗਏ ਨਾ ਉਹ ਕੰਮ ਕਰ ਲਾਂਗੇ ਅੱਜ ਇੱਥੋਂ ਇੱਦਾਂ ਕਰ ਦੇਣਾ ਪੈਂਟ ਤੈਨੂੰ ਜਿਹੜੀ ਤੂੰ ਕਹਿਣ ਡਿਆ ਉੱਥੇ ਲੈ ਦੋ ਕੋਈ ਰੇਬ ਵਾਲੀ ਪਾਉਣੀ ਪੈਂਟ ਹਾਂ ਰੇਬ ਵਾਲੀ ਲੱਭਣੀ ਪੈਣੀ ਆਪਾਂ ਨੂੰ ਕਿੱਥੋਂ ਮਿਲੂਗੀ ਯਾਰ ਮਾਲ ਚੋਂ ਜਾਂ ਆਪਾਂ ਕੋਈ ਲੌਗਰ ਜਾਂ ਲੈ ਲੈਣੇ ਆ ਐਚਐਮ ਨਹੀਂ ਲੈਣਾ ਹਾਂ 11 ਵੇਖ ਲਾਂਗੇ 11 ਜਿੱਦਾਂ ਕਹਿਣਾ ਐਚਐਮ ਦਾ ਯਾਰ ਬਾਜੋ ਨਾ ਉਹ ਕੱਪੜੇ ਤੈਨੂੰ ਥੋੜ੍ਹਾ ਹੋਰ ਹਿਸਾਬ ਦਿੰਦਾ ਉਹ ਆਪਾਂ 11 ਚੱਲਦੇ ਹਾਂ ਤੇ ਨਾਲ ਚੱਲਦੇ ਨਾਲ ਤੈਨੂੰ ਉੱਥੋਂ ਦੂਜੀ ਤੂੰ ਆਪਣੀ ਟੀ ਸ਼ਰਟ ਉਹਨਾਂ ਦੀ ਦੂਜਿਆਂ ਦੀ ਕੀ ਇਹਨਾਂ ਦੇ ਐਡੀਡਾਸ ਵਾਲਾਂ ਦੀ ਬੜੀਆਂ ਘੈਂਟ ਆਉਂਦੀਆਂ ਮੈਂ ਤਾਂ ਲੈ ਕੇ ਆਇਆ ਦੋ ਬਾਹਲੀਆਂ ਸੋਹਣੀਆਂ ਕਰੂਗਾ ਐਡੀਡਾਸ ਦੀਆਂ ਤਾਂ ਮੈਂ 4-5 ਲੈ ਗਿਆ ਬੜੀਆਂ ਸੋਹਣੀਆਂ ਮੈਂ ਕਲਰ ਵੇਖ ਅੱਜ ਉਹ ਪਾਉਣੀ ਮੈਂ ਐਡੀਡਾਸ ਦੀ ਨਾ ਤੋ ਕੇ ਨਾ ਉਹੀ ਪਾਉਣੀ ਯੈਸ ਬੜੀ ਘੈਂਟ ਗੱਲ ਮੜੀ ਆ ਸੀਸੇ ਨਹੀਂ ਲੱਗੇ ਸੀਸੇ ਨਹੀਂ ਹੈਗੇ ਸੀਸੇ ਸੀਸੇ ਨਹੀਂ ਲੱਗੇ ਸੀਸੇ ਨਹੀਂ ਤਾਂ ਇੱਕ ਕਰਕੇ ਹੋ ਗਈ ਤਿਆਰ ਤੇ ਪਰ ਮੀਂਹ ਰੁਕਣ ਦਾ ਨਾਂ ਨਹੀਂ ਲੈਣ ਡਿਆ ਕਾਹਨੂੰ ਗੱਲਾਂ ਉੱਡੀਆਂ ਚੱਲੀਏ ਭਾਂਜੀ ਲਾਈ ਦਾ ਫਾਇਦਾ ਆ ਗਿਆ ਜੀ ਜੇ ਆਪਾਂ ਉੱਧਰ ਨੇ ਬਸ ਲਾ ਜਾਣਾ ਭੇਜਣਾ ਸੀ ਭੇਜ ਪਰ ਮੀਂਹ ਉਹਨੇ ਹੱਥ ਹੀ ਕਰਤੀ ਕਰਵਾ ਦਈਏ ਹੈ ਨਾ ਕਾਹਨੂੰ ਗੱਲਾਂ ਕਰਾਤੀਆਂ ਆ ਗਈ ਤੇ ਅੱਜ ਨਹੀਂ ਜਾਲੀਆਂ ਲਾਵਾਂਗੇ ਕਿਉਂਕਿ ਅੱਜ ਕਿਸੇ ਪੁਲਿਸ ਅਫਸਰ ਨੇ ਨਹੀਂ ਘੇਰਨਾ ਹੈ ਕਿਉਂਕਿ ਅੱਜ ਮੀਂਹ ਪੈਂਦਾ ਪਿਆ ਵਾ ਬਾਕੀ ਜਿਹੜੀ ਚੀਜ਼ ਮਿੱਤਰੋ ਗਲਤ ਹੈ ਗਲਤ ਆ ਇਹ ਤਾਂ ਆਪਾਂ ਲਾ ਲਈਏ ਚਲੋ ਮਾੜਾ ਮੋਟਾ ਫੰਕਸ਼ਨ ਕਰ ਲਈ ਮਿੱਤਰਾ ਕੰਮ ਮੀਹੋ ਮੀਹੋ ਹੈ ਪਿਆ ਜਿਹਦੇ ਇੰਨਾ ਕੁ ਜ਼ਿਆਦਾ ਮੀਂਹ ਇੰਨਾ ਕੁ ਜ਼ਿਆਦਾ ਮੈਂ ਨਾ ਕਾਹਨੂੰ ਗੱਲਾਂ ਕਰਾਈ ਜਾਂਦਾ ਰੱਬ ਵੀ ਅਤੇ ਬਾਕੀ ਆਪਾਂ ਚੱਲੀਏ ਗੁਰੂ ਮਹਾਰਾਜ ਦੇ ਕਰੀਏ ਦਰਸ਼ਨ ਮਿਲੇ ਅਤੇ ਉਸ ਤੋਂ ਬਾਅਦ ਆਪਾਂ ਫਿਰ ਚੱਲਦੇ ਹਾਂ ਨਿਸ਼ਾਨ ਉੱਠ ਪਏ ਨਹੀਂ ਉੱਠਾ ਦੇ ਉਹਨੂੰ ਕਿਹਾ ਜਾ ਕੇ ਯਾਰ ਮੈਂ ਤੁਸੀਂ ਉਹ ਕੰਮ ਕਰ ਰਹੇ ਮੈਂ ਫਿਰ ਉੱਧਰੋਂ ਆਊਂਗਾ ਕੋਟਲਾ ਕੰਮ ਕਰੂੰਗਾ ਭੱਜ ਕੇ ਠੀਕ ਹੈ ਮਿਲ ਕੇ ਆਉਣਾ ਮੈਂ ਵਕੀਲ ਸਾਹਿਬ ਨੂੰ ਮਿਲ ਕੇ ਆਉਣਾ ਨਾ ਬਸ ਮਿਲ ਕੇ ਗੱਲ ਕਰਕੇ ਅਤੇ ਡਾਕੂਮੈਂਟ ਫੜਾ ਕੇ ਅਤੇ ਵਾਪਸ ਆ ਜਾਣਾ ਕੱਪੜੇ ਤੇਰੇ ਲੈ ਆਉਂਦੇ ਆ ਤੂੰ ਨਿਸ਼ਾਨ ਦਾ ਕੰਮ ਕਰ ਲਓ ਨਾ ਪਹਿਲਾਂ ਥਾਣੇ ਆ ਵੀ ਮੈਂ ਉਧਰੋਂ ਕੱਪੜੇ ਲੈਣ ਚੱਲਦੇ ਸ਼ਾਮਾਂ ਨੂੰ ਬਹੁਤ ਦਿਨ ਪਿਆ ਜੀ ਟਾਈਮ ਹੋਇਆ ਵਾ 3:30 ਹੋਏ ਜੀ 3:30 4:30 ਹੋ ਗਏ ਆ 4:30 ਹੋ ਗਏ ਜੀ ਜਾਣ ਮੇਰੀ ਅਤੇ ਕੋਈ ਨਹੀਂ 9 ਵਜੇ ਤੱਕ ਸਾਰਾ ਕੁਝ ਖੁੱਲ੍ਹਾ ਹੁੰਦਾ ਵਾ ਨਾਲੇ ਅੱਜ ਉਹ ਵੀ ਪੀ ਕੇ ਆਉਣਾ ਮੇਰਾ ਸ਼ੇਕ ਉਧਰ ਪੀਤਾ ਘੈਣ ਆ ਕੀ ਉਹ ਡਿਮੋਟ ਮਿਲਦਾ ਨਾ ਯਾਰ ਉਹ ਸ਼ੇਕ ਦਾ ਮੈਂ ਦਵਾਨਾ ਆ ਗਿਆ ਬਾਈ ਹੈ ਉਹ ਬਹੁਤ ਸਿਰਫ ਇੱਕੋ ਚੀਜ਼ ਦਾ ਹੀ ਸਵਾਲ ਲੱਗੀ ਆ ਬਸ ਟਿਮੇ ਹੋ ਗਏ ਟਿਮੇ ਪੜਾ ਦਰਸ਼ਨ ਮੇਲੇ ਕਰ ਲਏ ਗੁਰੂ ਮਹਾਰਾਜ ਦੇ ਮੀਂਹ ਬੜਾ ਪੈਣ ਡਿਆ ਭਿੱਜ ਭੁੱਜ ਕੇ ਅਸੀਂ ਔਖੇ ਸੌਖੇ ਕਰ ਲਏ ਤੇ ਹੁਣ ਜਿਹੜੇ ਮਨ ਨੂੰ ਸਕੂਨ ਸ਼ਾਂਤੀ ਮਿਲਿਆ ਨਾ ਹੁਣ ਜਿੱਥੇ ਮਰਜ਼ੀ ਲਾ ਜਾਓ ਸਾਨੂੰ ਹੁਣ ਕੋਈ ਚੱਕਰ ਹੁਣ ਅਸੀਂ ਟੋਟਲੀ ਵਿਹਲੇ ਹੁਣ ਅਸੀਂ 200% ਪੋਜ਼ਿਟਿਵ ਜੇ ਜਿੰਨੀਆਂ ਮਰਜ਼ੀ ਗੱਲਾਂ ਸੁਣੀ ਜਾਓ ਕੋਈ ਸਾਨੂੰ ਜਿਹੜਾ ਮਰਜ਼ੀ ਗੱਲ ਕੋਈ ਪੁੱਛੂਗਾ ਉਹਨਾਂ ਦਾ ਜਵਾਬ ਨੂੰ ਪੋਜ਼ਿਟਿਵ ਵੇ ਚ ਹੀ ਮਿਲਣਾ ਵਾ ਇੰਨੀ ਵੀ ਜਾਵੇ ਹੱਸ ਕੇ ਖਿੜੇ ਮੱਥੇ ਨੂਰ ਵਾਲੇ ਚਿਹਰੇ ਦਿੰਦਾ ਚਲੋ ਬਈ ਚੱਲੀਏ ਭੁੱਖ ਬਹੁਤ ਲੱਗੀ ਆ ਕਰੀਏ ਪੇਟ ਪੂਜਾ ਫਿਰ ਕੰਮ ਦੂਜਾ ਛੱਲੀ ਸਹੀ ਗੱਲ ਯਾਰ ਸਾਡਾ ਟੀਚਰ ਹੋ ਗਈ ਯਾਰ ਅਸੀਂ ਨਾ ਬਾਬੇ ਦਰਬਾਰ ਦੇ ਬਾਹਰ ਨਾ ਛੱਲੀਆਂ ਨਾਲ ਲੱਗਾ ਅਸੀਂ ਕਿਹਾ ਬਾਈ ਛੱਲੀ ਕਹਿੰਦਾ ਸੁੱਕੀ ਲੈ ਜਾਓ ਇਹਦਾ ਘਰ ਜਾ ਕੇ ਇਹਨੂੰ ਪਕਾ ਪਕੋ ਲਿਓ ਕਹਿੰਦਾ ਭਾਈ ਨਹੀਂ ਪੈਂਦਾ ਇੱਥੇ ਨਹੀਂ ਕੰਮ ਜਿਹੜਾ ਸੂਤਰਾਂ ਵਾਲਾ ਤੁਹਾਡਾ ਦਲ ਨਹੀਂ ਗੱਲ ਨਹੀਂ ਮੈਂ ਕਿਹਾ ਓਕੇ ਬਾਕੀ ਚੱਲ ਜਾਂਦੇ ਹਾਂ ਠੀਕ ਆ ਗੁੱਸਾ ਨਹੀਂ ਕਰਨਾ ਮੀਂਹ ਪੈਣ ਡਿਆ ਪਾਣੀ ਛਿੱਟੇ ਪੈ ਸਕਦੇ ਕਿਸੇ ਤੇ ਵੀ ਤੇਰਾ ਬੱਲਾ ਬੱਲਾ ਹੀ ਪਈ ਇੱਧਰ ਤੇ ਤੇਰਾ ਭਲਾ ਜੇ ਹਾਂਜੀ ਹੈ ਡਰ ਲੱਗਦਾ ਹੈ ਭਾਈ ਕਿਸ਼ਤੀ ਚ ਲੱਗੀ ਕਿਸ਼ਤੀ ਵਾਲਾ ਕੰਮ ਹੋਇਆ ਪਿਆ ਤੇ ਗੁਰੂ ਭਾਈ ਤੇ ਦੇਖੋ ਕੀ ਬਣਿਆ ਪਿਆ ਮੀਂਹ ਤੁਸੀਂ ਦੇਖੋ ਕਿੰਨਾ ਜ਼ਿਆਦਾ ਮੀਂਹ ਹੋਊਗਾ ਜਿਹੜਾ ਮੇਨ ਰੋਡ ਆ ਮਤਲਬ ਕਿ ਜਿਹੜਾ ਏਅਰਪੋਰਟ ਦੇ ਰੋਡ ਦੇ ਬੈਕ ਸਾਈਡ ਦੋ ਰੋਡ ਕੱਢੇ ਨੇ ਇਹਨਾਂ ਨੇ ਇੱਕ ਤੇ ਉਹ ਗਾਲ ਦੇ ਪਾਸੇ ਜਾਂਦਾ ਵਾ ਸੋਹਾਣਾ ਸਾਹਿਬ ਦੇ ਅਗਲੀ ਸਾਈਡ ਥਾਣੀ ਇਹ ਸੋਹਾਣਾ ਸਾਹਿਬ ਦੀ ਬੈਕ ਸਾਈਡ ਥਾਣੀ ਰੋਡ ਜਾਂਦਾ ਸੇਮ ਉੱਡਾ ਇਹ ਰੋਡ ਹੈ ਡਿੱਟੋ ਲਾ ਲਓ ਹਿਸਾਬ ਤੁਸੀਂ ਅਤੇ ਕਿੰਨਾ ਕਿੰਨਾ ਪਾਣੀ ਆ ਹਮੇ ਤਾਂ ਡਰ ਲੱਗਦਾ ਹੈ ਭਾਈ ਪਤਾ ਕਿਉਂ ਡਰ ਲੱਗਦਾ ਪਹਿਲਾਂ ਗੱਡੀਆਂ 'ਤੇ ਇੰਨੇ ਪਾਣੀ ਖਲੋ ਜਾਂਦੇ ਹੁੰਦੀਆਂ ਸੀ ਤਾਂ ਕਰਕੇ ਕਿ ਜੇ ਆਹ ਨਾ ਕਿਤੇ ਖਲੋ ਜੇ ਰਾਣੀ ਕਿਤੇ ਤਾਂ ਕਰਕੇ ਮੈਂ ਸੈਰ ਸੈਰ ਥਾਣੀ ਕੱਢਣੇ ਇੱਧਰ ਵੇ ਬੱਲਾ ਬੱਲਾ ਹੀ ਬਈ ਪਾਣੀ ਵਾਲੀ ਤੇ ਕਾਹਨੂੰ ਗੱਲਾਂ ਹੀ ਆ ਪਈਆਂ ਹੈ ਉੱਧਰ ਵੇ ਪਰਲੇ ਪਾਸੇ ਵੇ ਫਿਰ ਕਿੱਦਾਂ ਆਉਂਦੀ ਗੱਡੀਆਂ ਆਪਣ ਆ ਜੇ ਤੇਰਾ ਉੱਧਰ ਵੇ ਹੈ ਆਹ ਤੇ ਉਹ ਕੰਮ ਕਰਨਾ ਜਿੱਦਾਂ ਆਪਾਂ ਦਰਿਆ ਥਾਣੀ ਕੱਢ ਕੇ ਠੰਡੇ ਹੁੰਦੇ ਹਾਂ ਇੱਧਰ ਇੱਧਰ ਤੇਰਾ ਭਲਾ ਜੇ ਬੱਲਾ ਬੱਲਾ ਹੀ ਬਈ ਇਹਦੇ ਪਾਣੀ ਜ਼ਿਆਦਾ ਆਪਾਂ ਉਹਨਾਂ ਇੱਧਰ ਤੇ ਜਾਣਾ ਪੈਣਾ ਯਾਰ ਹੈ ਭਾਂਜੀ ਇੱਧਰ ਵੇ ਗੁਰੂ ਅੱਜ ਕਿੱਦਾਂ ਪਾਣੀ ਕਿੰਨੀ ਤੇਜ਼ ਆਉਣ ਡਿਆ ਗੋਲੀ ਉਹਵੇ ਬੰਪਰ ਲੱਥੇ ਪੈ ਗਏ ਗੱਡੀਆਂ ਦੇ ਪਰ ਇਹਦੀ ਜਾਣ ਵਾਲਾ ਕੰਮ ਨਹੀਂ ਹੋਏਗਾ ਮਿੱਤਰਾ ਆਪਾਂ ਨਹੀਂ ਜਾਣਾ ਇਹਦੀ ਇੱਧਰ ਵੀ ਪਾਣੀ ਬਹੁਤ ਜ਼ਿਆਦਾ ਇੱਧਰ ਵੀ ਪਾਣੀ ਬਹੁਤ ਜ਼ਿਆਦਾ ਕਿਹੜੇ ਪਾਸੇ ਨਹੀਂ ਸਮਝ ਨਹੀਂ ਆਉਂਦੀ ਯਾਰ ਤੱਕ ਦੇ ਪਿੱਛੇ ਜਾਂਦਾ ਹੌਲੀ ਹੌਲੀ ਪੂਰੇ ਗੱਡੀਆਂ ਖੜੀਆਂ ਅੱਡ ਲੱਗ ਰਹੇ ਇੱਧਰ ਨੂੰ
ਲੱਗੀ ਦੂਜੀ ਆਪਣੀ ਉਹ ਇਹਨਾਂ ਦੇ ਉਹ ਸੈਂਸਰ ਜਿਹੜੇ ਹੁੰਦੇ ਇੰਨੇ ਪਾਣੀ ਥੋੜੀ ਚੱਲ ਸਕਦੀਆਂ ਆਹੋ ਜੀ ਤਾਂ ਮੋਟਰਸਾਈਕਲ ਬੰਦ ਹੋ ਜਾਣੇ ਆ ਕਿਉਂਕਿ ਪਾਣੀ ਪੈ ਜਾਂਦਾ ਨਾ ਸੰਸਰਾਂ ਦੇ ਵਿੱਚ ਪਾਣੀ ਆਇਆ ਬਹੁਤ ਜ਼ਿਆਦਾ ਜਾਣ ਆਹ ਫੋਰਚੂਨਰ ਉਹ ਆ ਗਈ ਉੱਧਰ ਦੀ ਆਇਆ ਨਾ ਹਾਂ ਇਹ ਵੀਰ ਦੀ ਆ ਗਈ ਇਹਦੇ ਆਪਾਂ ਤਾਂ ਕਰਕੇ ਲਿਆਂਦੀ ਨਹੀਂ ਮੈਂ ਇਹਨਾਂ ਕਿਤੇ ਬੰਦ ਹੋ ਜਾਵੇ ਪਰ ਨੋਰਮਲ ਸਪੀਡ 'ਤੇ ਤਾਂ ਆ ਸਕਦੀ ਗੱਡੀ ਛੋਟੀਆਂ ਤਾਂ ਔਖਾ ਹੋ ਜਾਂਦਾ ਕਿਉਂਕਿ ਪਾਣੀ ਇਹਨਾਂ ਦਾ ਸਾਹ ਵਾਲੇ ਪੈਪ 'ਚ ਵੜ ਜਾਂਦਾ ਕੁੜੀ ਵਾ ਹੋਰ ਕੋਈ ਚੱਕਰ ਨਹੀਂ ਪੈਂਦਾ ਬਹੁਤ ਜ਼ਿਆਦਾ ਪਾਣੀ ਕਰਬਲ ਕਰਬਲ ਹੀ ਪਈ ਪਾਣੀ ਲਾਉਂਦੇ ਮਿੱਤਰ ਉਹ ਕਿੱਧਰ ਲਈ ਆਉਂਦਾ ਵਾ ਆਹ ਵੈਗਨਰ ਵਾਲੇ ਆਪਣੇ ਬਾਹਲੇ ਵਹਿਰੀ ਜਾਣਾ ਯਾਰ ਸਾਡੀ ਰੇਂਜ ਰੋਵਰ ਪਲਟਣ ਦਾ ਕਾਰਨ ਵੀ ਹੈ ਗੱਡੀ ਸੀ ਉਹ ਬਾਈ ਨੇ ਵੇਖਿਆ ਨੀ ਦੂਜੇ ਪਾਸੇ ਤਾਂ ਨੀ ਕਿਸੇ ਵੀ ਲਿਆ ਮਾਰੀ ਖੋਲ ਦੋ ਬਾਈ ਵੇ ਖੋਲ ਦੋ ਜੀ ਲਵ ਯੂ ਸੋ ਮਚ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬੈਰੀਕੇਡ ਖੋਲਿਆ ਸਾਡੀ ਐਂਟਰੀ ਪਾਉਣ ਤੋਂ ਬਿਨਾਂ ਤੇਰਾ ਬਣਾ ਰਿਹਾ ਤੇਰਾ ਚੱਲ ਬਈ ਕਿੱਥੇ ਆ ਗਏ ਕਹਿੰਦੇ ਚੰਡੀਗੜ੍ਹ ਆ ਗਏ ਚੰਡੀਗੜ੍ਹ ਆ ਕਹਿੰਦੇ ਬਿਊਟੀਫੁਲ ਸਿਟੀ ਸਿਟੀ ਆਫ ਬਿਊਟੀਫੁਲ ਅੰਗਰੇਜ਼ੀ ਯਾਰ ਇਹ ਔਖੀ ਹੈਗਾ ਮਹਾਰਾ ਡੈਡ ਯਾਰ ਸੁਣ ਮਹੀਨਾ ਸੁਣਦਾ ਹੀ ਆ ਪਤਾ ਨਹੀਂ ਕਿਹੜਾ ਪਰ ਘੈਂਟ ਬਣਿਆ ਪਿਆ ਮੌਸਮ ਬਹੁਤ ਘੈਂਟ ਬਣਿਆ ਪਿਆ ਅੱਗੇ ਡੋਬੀ ਚੱਲੇ ਪਾਣੀ ਬਹੁਤ ਜ਼ਿਆਦਾ ਸੀ ਪਰਲੇ ਪਾਸੇ ਤਾਂ ਇੱਧਰ ਪਾਣੀ ਕੱਢ ਲਿਆ ਬੜੀਆਂ ਤਗੜੀਆਂ ਕੋਠੀਆਂ ਪਾਊਗਾ ਇੱਧਰ ਭਲਾ ਹਾਲੇ ਤੱਕ ਮੀਂਹ ਪੈ ਜਾਂਦਾ ਸੀ ਕੰਮ ਧੰਦੇ ਕਰਕੇ ਵੀ ਆ ਗਏ ਹਾਂ ਅਤੇ ਫਿਰ ਨਹੀਂ ਹਟਦਾ ਮੀਂਹ ਯਾਰ ਕਿਉਂ ਨਹੀਂ ਢਲਦਾ ਯਾਰ ਕੋਈ ਕੰਮ ਨਹੀਂ ਚੱਜਾ ਸਵਾਦ ਨਾਲ ਤੁਰੀ ਆਪਾਂ ਕਿਸੇ ਕਿਸੇ ਸ਼ੋਪ ਤੇ ਨਹੀਂ ਜਾ ਸਕਦੇ ਖਾ ਪੀ ਨਹੀਂ ਸਕਦੇ ਇੱਦਾਂ ਥੋੜ੍ਹੀ ਹੁੰਦਾ ਆ ਲੋਕ ਦਾ ਟਾਈਮ ਦੇ ਜਿੱਦਾਂ ਮੀਂਹ ਨੂੰ ਵੀ ਨਾ ਗੁੱਸਾ ਯਾਰ ਅਤੇ ਨਾ ਬਹੁਤ ਗਲਤ ਗੱਲ ਹੈ ਤੇਰੀ ਯਾਰ ਭੁੱਖ ਲੱਗੀ ਭਾਈ ਕੁਛ ਖਿਲਾ ਦਿਉ ਭੁੱਖੇ ਮਾਰ ਡਲੋਗੇ ਭਾਈ ਚਲੋ ਬਾਈ ਉਹ ਚੰਗੇ ਚੱਲਦੇ ਹੈ ਲੈ ਵੀ ਮਿੱਤਰਾ ਕਰਕੇ ਪੇਟ ਪੂਜਾ ਨਿਕਲ ਚੁੱਕਿਆ ਯਾਰ ਹੁਣੀ ਕੋਈ ਕੰਮ ਨਹੀਂ ਹੋਣ ਡਿਆ ਮੀਂਹ ਦੇ ਵਿੱਚ ਹੁਣ ਯਾਰ ਜਿੰਮ ਜਾਣ ਦਾ ਪਲੈਨ ਕਰਨ ਡੇ ਆ ਸੋਚਣ ਡੇ ਕਿ ਜਿੰਮ ਚੱਲ ਜਾਈਏ ਮੋਲ ਜਾਣ ਵੀ ਆਈ ਜਿੰਮ ਤਾਂ ਕੱਲ੍ਹ ਵੀ ਰੈਸਟ ਵੱਜ ਗਈ ਆ ਪਰ ਅੱਜ ਨਹੀਂ ਮਾਰਨੀ ਅੱਜ ਹਰ ਹਾਲਤ ਜਾਣਾ ਹੀ ਜਾਣਾ ਪੈਰਸ ਨੂੰ ਫੋਨ ਲਾਇਆ ਪੈਰਸ ਜਾਊਗਾ ਨਾਲ ਜਿੰਮ ਕੋ ਭਾਈ ਤੁਸੀਂ ਤਾਂ ਲਾ ਲਿਆ ਸਵੇਰੇ ਸਵੇਰ ਫੋਨ ਨੰਬਰ ਲੈ ਗਿਆ ਭਾਊ ਹੈ ਸਵੇਰੇ ਸਵੇਰ ਸੂਤਰ ਕਰ ਗਿਆ ਪਹਿਲਾਂ ਮਸ਼ਕਰੀ ਕਰਨ ਨਹੀਂ ਹਟਦੇ ਹੁਣ ਖੁਰਕੀ ਜਾਂਦਾ ਫੋਨ ਕਰਦੀ ਮੈਨੂੰ ਮੈਂ ਚੱਲਿਆ ਫਿਰ ਜਿਮ ਚੱਲਿਆ ਜਿਮ ਲਾ ਕੇ ਆ ਗਿਆ ਮਿੱਤਰ ਕਹਿੰਦੇ ਕੀ ਹੋਣ ਡਿਆ ਵਾ ਕਹਿੰਦੇ ਪਕੌੜੇ ਬੰਦੇ ਆ ਨਾਲ ਚਾਹ ਬੰਦੇ ਮੈਨੂੰ ਬਜਾ ਤੁਸੀਂ ਕਿਹੜੇ ਕੰਮ ਲੱਗੇ ਹੋਏ ਜੀ ਦੀਪ ਇਹ ਦੀਪ ਦਾ ਕੰਮ ਆ ਇਧਰ ਦੀਪ ਦਾ ਕੰਮ ਨਹੀਂ ਪਕੌੜੇ ਮੈਨੂੰ ਲੱਗਣ ਡਿਆ ਕੋਈ ਹੋਰ ਹੀ ਬੰਦਾ ਬਣਾਉਂਦਾ ਜੀ ਉਹ ਬੰਦਾ ਦਿਖਣ ਨਹੀਂ ਡਿਆ ਮੈਨੂੰ ਕਿਉਂ ਬਣਾਉਂਦਾ ਜੀ ਹੈ ਪੇਸ਼ ਕਰੋ ਬੰਦਾ ਮੇਰੇ ਸਾਹਮਣੇ ਪਕੌੜੇ ਬਣਾਉਣ ਕੌਣ ਡਿਆ ਏ ਪੇਸ਼ ਕੀਤਾ ਜਾਵੇ ਜੀ ਹੈ ਨਾਲ ਚਾਹ ਤੇ ਪਰ ਅਸੀਂ ਜਿੰਮ ਚੱਲੇ ਹਾਂ ਤੁਹਾਡਾ ਖਾਣ ਦਾ ਬਹੁਤ ਮਨ ਕਰਨ ਡਿਆ ਸੀ ਪਰ ਕੀ ਕਰੀਏ ਨਹੀਂ ਖਾ ਸਕਦੇ ਥੋੜਾ ਜਿਹਾ ਮੈਨੂੰ ਪੁੱਛਿਆ ਤੈਨੂੰ ਜਿੰਮ ਲਗਾ ਕੇ ਲਿਆਵਾਂ ਠੀਕ ਹੈ ਡਾਰਲਿੰਗ ਆ ਗਏ ਅਸੀਂ ਆ ਗਏ ਚਲੋ ਭਾਈ ਫਲੈਟ ਹੀ ਵੱਡੇ ਸਾਡੇ ਕੀ ਕਰੀਏ ਮੈਂ ਪਤਲਾ ਗਿਆ ਮੈਨੂੰ ਕਮੈਂਟ ਵੀ ਆ ਗਏ ਕਲਵੀਰਾ ਭਰਾਵਾਂ ਦੇ ਕਹਿੰਦੇ ਭਾਈ ਹਫ਼ਤੇ ਚਾਰ ਦਿਨ ਆਪਾਂ ਲਾਈ ਜਾਣ ਡੇ ਆ ਤੇ ਬਾਬਾ ਸੁੱਖ ਰੱਖੇ ਹੁਣ ਜਿੱਦਣ ਆਪਾਂ ਪਿੰਡ ਚਲ ਗਏ ਨਾ ਕੰਮ ਤਾਂ ਯਾਰ ਮੁੱਕਣੇ ਨੀ ਪਰ ਹੁਣ ਕੋਸ਼ਿਸ਼ ਕਰਨੀ ਕਿ ਜਿੰਮ ਦਾ ਥੋੜਾ ਜਿਹਾ ਜਿੰਮ ਨੂੰ ਪਹਿਲ ਦੀ ਦਾਤ ਰੱਖਣਾ ਪੈਣਾ ਆਪਾਂ ਨੂੰ ਫਿਰ ਓਕੇ ਹੋ ਜਾਊਗਾ ਕੰਮ ਚੱਲ ਵੇ ਭਾਈ ਤੈਨੂੰ ਇੱਕ ਗੱਲ ਦੱਸਦਾ ਆ ਜੇ ਬੰਦੇ ਨੇ ਖੇ ਖਾਣੀਆਂ ਪਿਆਰ ਕਰਨਾ ਆ ਪਿੰਡੋਂ ਬਾਹਰ ਕਰੇ ਪਿੰਡੋਂ ਬਾਹਰ ਕਰੇ ਐਡਾ ਜ਼ਮੀਰ ਮਰਿਆ ਨਾ ਲੋਕਾਂ ਦਾ ਪਿੰਡ ਦੀਆਂ ਕੁੜੀਆਂ ਪਹਿਲਾਂ ਸੈੱਟ ਕਰਦੇ ਫਿਰ ਉਹਨਾਂ ਲਵ ਮੈਰਿਜਾਂ ਕਰਾਉਣ ਨੂੰ ਫਿਰਦੇ ਆ ਧੀ ਨੂੰ ਲੱਕੜ ਦਾ ਵੀ ਨਿਸ਼ਾਨ ਹੋਣੀ ਆ ਗਏ ਨਿਸ਼ਾਨ ਹੋਣੀ ਬੁਆਸੇ ਹੋਣੀ ਸੋਢੀ ਹੋਣੀ ਕੀ ਹਾਲ ਵਾ ਤੇਰਾ ਆਪਣ ਉਹ ਮੱਛਰਿਆ ਹੀ ਦਿਸ ਗਿਆ ਤੇ ਸੀਟ ਉੱਚੀ ਕੀਤੀ ਫੋਰਚੂਨਰ ਹੋ ਜਾਂਦੀ
ਉਹਨੇ ਨੇ ਵੇਖੀ ਮਸਾ ਗਾਂ ਕਰੀ ਮਸਾ ਗਾਂ ਕਰੀ ਦੇਖੀ ਉਹਨੇ ਨੇ ਚਿਕਨ ਚੁੱਤਰ ਨਹੀਂ ਦੇਖੀ ਚੱਲ ਡੱਕ 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 ਪਿੱਛੇ ਰੱਖ ਦੇਖੀ ਮਿਸ਼ਨ ਚੱਲ 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 ਇਹ ਨਹੀਂ ਓਏ ਹੈਗੀ ਛਾਲ ਮੁੰਡੇ ਦੀ ਉਹ ਸਾਲਿਓ ਚਲਾਉਣੀ ਹੁਣੇ ਮੈਨੂੰ ਗੱਲ ਪਤਾ ਲੱਗੀ ਇੱਕ ਗੱਡੀ ਆਪ ਚਲਾਉਣੀ ਨਹੀਂ ਨਹੀਂ ਮੈਨੂੰ ਮੈਸੇਜ ਆਇਆ ਮੁੰਡੇ ਇੱਕ ਦਾ ਕਹਿੰਦਾ ਵੀਰ ਜੀ ਮੇਰੇ ਪਿੰਡ ਦੀ ਕੁੜੀ ਆ ਤੇ ਮੈਂ ਇਹਦਾ ਵਿਆਹ ਕਰਵਾਉਣਾ ਚਾਹੁੰਦਾ ਮੈਂ ਕੀ ਕਰਾਂ ਮੈਂ ਕਿਹਾ ਤੇਰੇ ਤੋਂ ਮੈਂ ਫੁੱਦੂ ਬੰਦਾ ਨਹੀਂ ਵੇਖਿਆ ਪਿੰਡ ਦੀ ਕੁੜੀ ਭੈਣ ਹੁੰਦੀ ਸਾਲਾ ਐਡਾ ਜ਼ਮੀਰ ਮਰਿਆ ਪਿੰਡ ਦੀ ਕੁੜੀ ਨਾਲ ਤੂੰ ਭੈਣ ਪਿਆਰ ਕਰੀ ਬੈਠਾ ਆ ਜ਼ਮੀਰੋਂ ਮਰੇ ਗਏ ਗੁਰਜਰੇ ਬੰਦੇ ਉਹ ਕਮੈਂਟ ਦਾ ਮੇਰਾ ਇਹੋ ਰਿਪਲਾਈ ਮੈਂ ਕਿਹਾ ਵੀਰ ਜੀ ਇਹ ਕੰਮ ਨਾ ਕਰਿਓ ਵੀਰ ਪੈਸੇ ਚੈੱਕ ਕਰ ਲਓ ਕਿਤੇ ਤੁਸੀਂ ਤਾਂ ਨਹੀਂ ਪਾਰਚਾ ਕਰਾ ਦੋਗੇ ਕਿੰਨੇ ਹੈਗੇ ਓਨਲੀ 40 ਯਾਰ ਓਨਲੀ ਉਹ ਦੱਸਾਂ ਵਾਲੇ ਵਾਹ ਇਹ ਵਿੱਚ ਮਹਿਫਲ ਲੱਗਣੀ ਬਹੁਤ ਜ਼ਿਆਦੀ ਬਾਕੀ ਯਾਰ ਮੈਂ ਨੋਰਮਲ ਗੱਲ ਕਰਨੇ ਕਮੈਂਟ ਵੀਰ ਕਿਸੇ ਨੇ ਕਮੈਂਟ ਕੀਤਾ ਸੀ ਉਹ ਗੱਲ ਮੈਂ ਥੋੜ੍ਹਾ ਚਲੋ ਮਜ਼ਾਕ ਚ ਪਾਤੀ ਗੱਲ ਇੱਦਾਂ ਮੇਰੀ ਜਾਨ ਪਿੰਡ ਦੀ ਕੁੜੀ ਬਾਰੇ ਸੋਚਿਆ ਨਾ ਕਰੋ ਪਿੰਡ ਦੀ ਕੁੜੀ ਜੇ ਤੁਸੀਂ ਸਿਆਣੇ ਬੰਦੇ ਕਿਸੇ ਨੂੰ ਕਿਸੇ ਲਾਗੇ ਬਹਿ ਕੇ ਗੱਲ ਕਰਤੀ ਨਾ ਸਿਆਣੇ ਬੰਦੇ ਲਾਗੇ ਤੁਹਾਨੂੰ ਛਤਰੋਂ ਹੀ ਫਿਰੂਗਾ ਉਹ ਜਿਹਨਾਂ ਦੇ ਜ਼ਮੀਰ ਜਾਗਦੇ ਆ ਪਿੰਡ ਦੀ ਕੁੜੀ ਨਾਲ ਕਦੇ ਸੋਚਣਾ ਵੀ ਨਹੀਂ ਕਿ ਤੁਸੀਂ ਪਿਆਰ ਕਰਨਾ ਯਾਰ ਥੋੜ੍ਹੀਆਂ ਕੁੜੀਆਂ ਜਾਣਦੇ ਯਾਰ ਹਨਾ ਕਿੰਨੀਆਂ ਕੁੜੀਆਂ ਜਾਣਦੇ ਉੱਤੇ ਤੁਸੀਂ ਆਪਣੇ ਇੱਕ ਜੀਵਨ ਸਾਥੀ ਚੁਣਨਾ ਹੁੰਦਾ ਵਾ ਹਨਾ ਕੱਲ ਨੂੰ ਵਿਆਹ ਕਰਾਉਣਾ ਦੁਸ਼ਮਣੀ ਪੈਣੀ ਆ ਵੱਖਰੀ ਗੱਲ ਵਾਲੇ ਪਿੰਡ ਦੀ ਯਾਰ ਅਸਲ ਜਿੱਦਾਂ ਆਪਾਂ ਕਹਿ ਲਈ ਨਾ ਜਿੱਦਾਂ ਦੀ ਆਪਣੀਆਂ ਪਿੰਡ ਦੀਆਂ ਕੁੜੀਆਂ ਉੱਦਾਂ ਉੱਦਾਂ ਪੁਰਾਣੇ ਜ਼ਮਾਨੇ ਚੱਲ ਜਾਓ ਇਹੋ ਰਿਵਾਜ਼ ਹੁੰਦਾ ਸੀ ਕਿ ਪਿੰਡ ਦੀ ਕੁੜੀ ਭੈਣ ਆ ਪਿੰਡ ਦੀ ਕੁੜੀ ਲੱਖ ਚੱਕ ਨਹੀਂ ਮਿਲਦੇ ਸੀ ਜੇ ਉਹ ਕੰਮ ਹੁੰਦਾ ਫਿਰ ਉਹ ਗੱਲ ਘਰ 'ਚ ਹੀ ਵਿਆਹ ਕਰ ਲਿਆ ਭੈਣ ਨੇ ਵਿਆਹ ਕਰ ਲਿਆ ਫਿਰ ਫਰਕ ਗੱਲ ਕਰੀ ਕਿ ਯਾਰ ਜਿਹਨਾਂ ਦੇ ਮਰੇ ਜ਼ਮੀਰ ਆ ਉਹ ਇਹ ਕੰਮ ਕਰ ਸਕਦੇ ਆ ਜਿਹਨਾਂ ਦੇ ਜ਼ਮੀਰ ਜਾਗਦੇ ਆ ਲੋਕ ਤਾਂ ਆਥਾ ਕਹਿੰਦਾ ਰੋਟੀ ਖਾ ਕੇ ਹੱਥ ਵੀ ਕਦੇ ਨਹੀਂ ਚੱਟੀ ਦੇ ਮਿੱਤਰ ਉਹ ਪਟੋਲੇ ਪੈਰ ਚੋਂ ਨਹੀਂ ਪੱਟੀ ਦੇ ਕੀ ਬਾਤ ਹੈ ਮੈਨੂੰ ਬਜਾ ਤਾੜੀਆਂ ਜਿਮ ਦੇ ਵਿਚ ਮੈਂ ਸਟੋਰੀ ਨੀ ਪਾਈ ਕੋਈ ਮਿੱਤਰਾ ਕਹਿੰਦੇ ਕੀ ਹੋ ਗਿਆ ਹੋਏ 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 ਵੱਡਾ ਆਂਡਾ ਡੋਲਾ ਪੈਣ ਡਿਆ ਫਰਕ ਮਿੱਤਰਾ ਥਾਰ ਆਪਣੀ ਹੋ ਗਈ ਓਕੇ ਰਿਪੋਰਟ ਬਸ ਹੁਣ ਤੁਸੀਂ ਰੱਬ ਕਰੀ ਅਰਦਾਸ ਕਰੋ ਮੀਂਹ ਹਟਦੇ ਛੇਤੀ ਛੇਤੀ ਤੇ ਪਿੰਡ ਚੱਲੀਏ ਪੈਰ ਸਟੀਨਾ ਕਿੱਥੇ ਆ ਡਿੰਗਾ ਦੁਕਾਨ ਤੇ ਪੇਸਤਾ ਜੀ ਮੈਂ ਫਿਰ ਪੈਕਿੰਗ ਖੋਲੀ ਨਹੀਂ ਮੈਨੂੰ ਬਾਰਿਸ਼ ਹੋ ਰਹੀ ਸੀ ਨਵਾਂ ਮੰਗਾ ਲੈ ਨਵਾਂ ਹੀ ਬ੍ਰਾਂਡ ਨਿਊ ਤਾਂ ਅੰਦਰ ਬੜੀ ਯਾਰ ਮਿੱਠੀ ਆਈ ਇਹਦੇ ਭਾਜੀ ਉਹ ਬੜਾ ਹੋ ਗਿਆ ਆਪਣਾ ਮੀਂਹ ਬਹੁਤ ਜ਼ਿਆਦਾ ਸੀ ਵੇਖਿਆ ਮੀਂਹ ਕਿੰਨਾ ਸੀ ਬਾਬਾ ਅਸੀਂ ਜਦੋਂ ਸ਼ੇਰ ਦੇ ਸਾਈਡ ਜਾਣ ਗਏ ਮੈਂ ਨਾ ਯਾਰ ਉਧਰ ਤੁਸੀਂ ਕਿਤੇ ਮੈਂ ਨਾ ਗੱਡੀਆਂ ਬੰਦ ਹੋਈਆਂ ਸੀ ਨਜ਼ਾਰਾ ਵੇਖਣ ਵਾਲਾ ਸੀ ਇਹਦੇ ਗੁਰੂਆ ਗੱਡੀ ਧੋਣੀ ਅੰਮ੍ਰਿਤਸਰ ਤੋਂ ਮੈਂ ਵੀ ਮਿੱਥੂ ਦਾ ਜਿਮ ਲਾ ਕੇ ਮੁੰਡੇ ਨਾਲ ਦੀ ਨਾਲ ਡਾਈਟ ਤੇ ਨੈਚੁਰਲ ਪ੍ਰੋਟੀਨ ਸ਼ੇਕ ਦੇ ਦਿਵਾਲੇ ਹੋਏ ਪਏ ਕਹਿੰਨੂ ਗੱਲਾਂ ਮੁੰਡੇ ਨੇ ਗੱਡੀ ਰੈਡੀ ਕਰਤੀ ਪਰ ਇੱਕ ਕੰਪਲੇਂਟ ਆ ਗਈ ਆ ਕਿ ਅਸੀਂ ਆ ਤਾਂ ਹੀ ਤੇ ਨਾਲ ਹੀ ਲੈ ਕੇ ਆਈਦਾ ਡੋਲ ਲਿਆ ਨਾ ਆਵੇ ਡੋਲ ਲਿਆ ਆ ਬਾਹਾਂ ਤੇ ਡੋਲ ਲਿਆ ਇੱਕ ਤਾਂ ਕੈਫੇ ਲਿਆਉਣ ਵਾਲੇ ਥੋੜ੍ਹੀ ਆ ਕਿੰਨਾ ਬਹੁਤ ਬੇਤੀ ਕਰਾਉਂਦੇ ਮੇਰੀ ਬਹੁਤ ਜ਼ਿਆਦਾ ਬੇਤੀ ਕਰਾਉਂਦੇ ਆ ਕੰਪਲੇਂਟ ਇਹ ਆਉਂਦੀ ਆ ਕਿ ਹਜੇ ਗੱਡੀ ਕੱਦੂ ਚ ਆਪਾਂ ਵੜ ਚ ਹਫ਼ਤਾ ਪਿਆ ਵਾ ਤੇ ਗੱਡੀ ਆਪਾਂ ਚੁਕਾ ਦਿੱਤੀ ਪਰ ਇੱਕ ਚੀਜ਼ ਇਹਦੀ ਨਾ ਜਿਹੜਾ ਕੰਫਰਟ ਜ਼ੋਨ ਆ ਉਹ ਜਮਾਂ ਡੈਡ ਆ ਜੇ ਆਪਾਂ ਇੱਦਾਂ ਗੱਟੀਆਂ ਦੇ ਕੇ ਚੁਕਾਉਂਦੇ ਹਾਂ ਉਹਦੇ ਵਾਸਤੇ ਆਪਾਂ ਨੂੰ ਲਿਫਟ ਕਿੱਟ ਮੰਗਾਉਣੀ ਪੈਣੀ ਆ ਅਤੇ ਉਹ ਮੰਗਵਾ ਦਿੰਦੇ ਆਪਾਂ ਦੋ ਝੋਂਦਣਾਂ 'ਚ ਰੱਬ ਸੁੱਖ ਰੱਖੇ ਲਾ ਕੇ ਇੱਥੋਂ ਪਿੰਡ ਖੜਾਂਗੇ ਬਾਕੀ ਗੱਡੀ ਆਪਣੀ ਓਕੇ ਚੱਲ ਸਕਦੀ ਵਧੀਆ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਪਰ ਜਿਹੜੇ ਸ਼ੋਕਰ ਖੜਾਪ ਖੜਾਪ ਵੱਜਦੇ ਆ ਜਿੱਦਾਂ ਸ਼ੋਕਰ ਦੀ ਇੱਕ ਲਿਮਿਟ ਹੁੰਦੀ ਆ ਕਿ ਕਿੰਨੇ ਤੱਕ ਆਪਾਂ ਚੁੱਕ ਸਕਦੇ ਹਾਂ ਹਨਾ ਉਹ ਤੋਂ ਵੱਧ ਕੇ ਆਪਾਂ ਜਦੋਂ ਚੁੱਕ ਦੀ ਤਾਂ ਫਿਰ ਗੱਡੀ ਦੇ ਸ਼ੋਕਰ ਕੰਮ ਕਰਨ ਨੂੰ ਹਟ ਜਾਂਦੇ ਤਾਂ ਸਪੇਸ ਨਹੀਂ ਰਹਿ ਜਾਂਦੀ ਫਿਰ ਉਹ ਜਿਹੜਾ ਬੰਪ ਕਰਨਾ ਹੁੰਦਾ ਨਾ ਹੈਰੋਗਾ ਉਹ ਨਹੀਂ ਹੁੰਦਾ ਤਾਂ ਕਰਕੇ ਆਪਾਂ ਲਿਫਟ ਕਿੱਟ ਪਾਉਣੀ ਪੈਣੀ ਆ ਦੋ ਪੈਰਸ ਮੰਗਾ ਦੇ ਮੇਰਾ ਬੜਾ ਤਗੜਾ ਜਿਹਾ ਕਿਆ ਖੜੇ ਦਾ ਅੰਦਰ ਨਹੀਂ ਵੜਦੇ ਆ ਮੇਰਾ ਬੁੱਕ ਭਰ ਲਿਆ ਕਿੰਨਾ ਵੀ ਗਾਣਾ ਯਾਰ ਹੈ ਬੜੀ ਗਲਤ ਗੱਲ ਪੈਰਸ ਇਹ ਦੋ ਜੇ ਚ ਪਾ ਲੈਣੀ ਆਡਾ ਬੇੜਾ ਗੱਲ ਕਰਨਾ ਉਹਨਾਂ ਜਿਹੜੀ ਆਡੀ ਵਾਲੀ ਮੁੰਡੀ ਤੇ ਕਹਿੰਦੇ ਨੇ ਹੁਣ ਪਿੱਛੇ ਵਾ ਕਰਨਾ ਚੱਲ ਵੇ ਭਾਈ ਚਲੀਏ ਧਿਆਨ ਨਾ ਅੱਗੇ ਪੈਰਸ ਨੂੰ ਠੋਪੂ ਲਾ ਦੇ ਕਿਸੇ ਨੂੰ ਮੈਂ ਤੈਨੂੰ ਦੱਸਣਾ ਨਹੀਂ ਚਾਹੁੰਦਾ ਬਲਾਉ ਚ ਜਿਹੜੀ ਗੱਡੀ ਲੱਗਾ ਉਹ ਕਹਿੰਦਾ ਕਹਿਣਾ ਭੈਣ ਚੋ ਇਹੋ ਲੱਗ ਗਿਆ ਜੀ ਸੱਚੀ ਠੋਪੂ ਲਾ ਤਾ ਗੱਡੀ ਨੂੰ ਪੈਰਸਾਂ ਕੇ ਥਾਰਨਾ ਮੇਰੇ ਵਿੱਚ ਬਹਿੰਦੇ ਆਈ ਲੱਭੇ ਮਿੱਤਰਾ ਹੋ ਗਏ ਯਾਰ ਨਹੀਂ ਵਿਹਲੇ ਹੁਣ ਪਹੁੰਚਦੇ ਹਾਂ ਫਲੈਟ 'ਚ ਕਰਦੇ ਹਾਂ ਫੰਕਸ਼ਨ ਲਾਉਂਦੇ ਹਾਂ ਰੌਣਕਾਂ ਮਹਿਫਲਾਂ ਕਾਹਨੂੰ ਗੱਲਾਂ ਕਰਾਉਂਦੇ ਹਾਂ ਅਤੇ ਚੋਰੀ ਵੀ ਖਾਏਗਾ ਇਹ ਨਵੀਂ ਗੱਡੀ ਦੱਸਦਾ ਯਾਰ ਸਰਪ੍ਰਾਈਜ਼ ਚਲੋ ਜੀ ਸਵੇਰੇ ਲੈ ਚੱਲੇ ਮੁੰਡੇ ਨਵੀਂ ਗੱਡੀ
ਤੁਹਾਨੂੰ ਦੱਸਣਾ ਨਹੀਂ ਮੈਂ ਚੱਲ ਸਵੇਰੇ ਦੱਸਾਂਗੇ ਫਿਰ ਮੈਂ ਬਲੌਗ ਜਿਹਾ ਬਣਾਉਣਾ ਹੀ ਆਪਾਂ ਤੁਹਾਨੂੰ ਲੱਗ ਜਾਣਾ ਹੀ ਆ ਸੋ ਮਿੱਤਰੋ ਸਵੇਰੇ ਲੈ ਜਾਵਾਂਗੇ ਨਵੀਂ ਗਾਡੀ ਵੇਖੋ ਕੀ ਬਣਦਾ ਪਰਸੋਂ ਦਿਨ ਕੰਮ ਪੈ ਜਾਵੇ ਬਾਕੀ ਏਜੰਸੀਆਂ ਦਾ ਫੋਨ ਆ ਕਹਿੰਦੇ ਭਾਜੀ ਆ ਜਾਓ ਤੁਹਾਨੂੰ ਸਵੇਰੇ ਗੱਡੀ ਦੇ ਦੇਣੀ ਆ ਸਵੇਰੇ ਆਪਾਂ ਗੱਡੀ ਲੈਣ ਜਾਵਾਂਗੇ ਮਿੱਤਰੋ ਕਾਹਨੂੰ ਗੱਲਾਂ ਕਰਾਵਾਂਗੇ ਫਿਰ ਆ ਕੇ ਬਸ ਮੀਂਹ ਥੋੜ੍ਹਾ ਸਵੇਰੇ ਘੱਟ ਜੇ ਪਰ ਮੀਂਹ ਨੈੱਟ 'ਤੇ ਜਿਹੜਾ ਵੇਖਿਆ ਉਹ ਲਿਖਿਆ ਵਾ ਕਿ 100% ਸਵੇਰੇ ਮੀਂਹ ਆ 80% ਹੀ ਸਵੇਰੇ 100 ਹੋ ਗਿਆ ਜੀ ਵੇਖੋ ਹੁਣ ਕੀ ਬਣਦਾ ਆ ਅੱਜ ਤੇ ਮੈਂ ਨਾ ਪਾਣੀ ਲੋਕ ਗਚਾ ਗਾ ਜਾਈ ਬਈ ਤੇ ਗੁਰਬੜ ਗੁਰਬੜ ਹੋਣ ਡਈ ਸੜਕਾਂ ਦੇ ਉੱਤੇ ਮੈਂ ਨਾ ਹੋਏ 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 ਗਾਣਾ ਵੇਖਣਾ ਤੇ ਨਹੀਂ ਗਣੀ ਜੇ ਸੋਹਣਿਆ ਗੋਡੇ ਗੋਡੇ ਗਾਰਾ ਮੈਂ ਕਿਹੜੇ ਪਾਸੇ ਥਾਣੀ ਆਵਾਂ ਚੱਲ ਵੀ ਮਿੱਤਰਾ ਚੱਲੀਏ ਫਲੈਟ ਵੀ ਮਿੱਤਰਾ ਖਾਣ ਪੀਣ ਨੂੰ ਯਾਰ ਨਹੀਂ ਨਾਲ ਵੀ ਲੈ ਆਈ ਹੈ ਅੱਧੀ ਗੈਂਗ ਸਾਡੀ ਇੱਥੇ ਆ ਨਾ ਉਹ ਕਹਿੰਦੇ ਫੋਨ ਤੇ ਆਰਡਰ ਲੈ ਆਓ ਭਾਈ ਸਾਡਾ ਵੀ ਚਲੋ ਵੀ ਮੈਂ ਫਿਰ ਲਈ ਹੋਈ ਆ ਗਈ ਲੈ ਬੜੀ ਗਲਤ ਗੱਲ ਹੈ ਦੂਜੀਆਂ ਜਗ੍ਹਾ ਜਿੱਥੇ ਬੰਦੇ ਹੁੰਦੇ ਠੰਡੇ ਬੰਦੇ ਨੀਲੇ ਨੇ ਦੇਖੀ ਜਾਂਦੇ ਸਿਮੂ ਭਾ ਚਾਰ ਕੁੜੀਆਂ ਨਾਲ ਦੋ ਜਵਾਕ ਹੋਣੇ ਭਾਬੀ ਕੁੜੀਆਂ ਨਾਲ ਦੋ ਤਿੰਨ ਜਵਾਕ ਸੀ ਤੇ ਇੱਕ ਅੱਧੀ ਉਹਨਾਂ ਦੀ ਕੰਮ ਵਾਲੀ ਹੋਣੀ ਮਤਲਬ ਬੁੜੀਆਂ ਕੁੜੀਆਂ ਸੀ ਸਾਰੀਆਂ ਤੇ ਉਹਨਾਂ 'ਚ ਮੈਨੂੰ ਇੱਕ ਨੇ ਪੁੱਛਿਆ ਕਿ ਜੇ ਲਿਫਟ ਉੱਪਰ ਜਾਏ ਮਤਲਬ ਕਿ ਜੇ ਲਿਫਟ ਉੱਪਰ ਨਾ ਨਾ ਉਹਨੇ ਕਿਹਾ ਜੇ ਲਿਫਟ ਉੱਪਰ ਜਾਏਗੀ ਤੇ ਮੈਂ ਉਹਨੂੰ ਕਿਹਾ ਕਿ ਮੈਂ ਕਿਹਾ ਥੱਲੇ ਹੋਰ ਜਾਣੀ ਨਹੀਂ ਇੱਥੋਂ ਸੌਣ ਲੱਗੇ ਗੁਰੂਆ ਮੇਰੇ ਨਾ ਮੈਂ ਕਹਿਣਾ ਨੀ ਚਾਹੁੰਦਾ ਮੇਰੇ ਮੂੰਹ ਚੋਂ ਸਾਹ ਨਿਕਲ ਗਿਆ ਆਪੇ ਹੀ ਮੈਨੂੰ ਪੁੱਛਿਆ ਕਿ ਜੇ ਲਿਫਟ ਉੱਪਰ ਜਾਏਗੀ ਤੇ ਬੰਦਾ ਪੁੱਛੇਗਾ ਹੁਣ ਬੇਸਮੈਂਟ ਦੀ ਖਲੋਤੀ ਥੱਲੇ ਥੋੜੀ ਜਾਊਗੀ ਇੱਥੋਂ ਉੱਤੇ ਜਾਊਗੀ ਉਹ ਗੱਲ ਪਤਾ ਕੀ ਮੈਨੂੰ ਉਹ ਤਾਂ ਇੱਕ ਲਿਫਟ ਹੋ ਗਈ ਬੰਦ ਉਹਨਾਂ ਨੇ ਵੇਖਿਆ ਦੂਜੇ ਛੇਤੀ ਮੈਨੂੰ ਫੇਰ ਭਟਣਾ ਪਿਆ ਫਿਰ ਉਸੇ ਲਿਫਟ ਮੇਰੇ ਨਾਲ ਤਾਂ ਆਈਆਂ ਉਹ ਚਾਰ ਪੰਜ ਜਣੇ ਇਹ ਦੋ ਤਿੰਨ ਜਵਾਕ ਦੰਦੀਆਂ ਵੱਡੀਆਂ ਮੈਂ ਦੱਸਣਾ ਕਿ ਅੱਜ ਮੈਂ ਦੰਦੀਆਂ ਵਢਾ ਗਿਆ ਸਫ਼ਰ ਤੈਅ ਕਰਨਾ ਇਹਨੂੰ ਵੀ ਔਖਾ ਹੋ ਗਿਆ ਉੱਥੋਂ ਤੱਕ ਜਿਹਨੇ ਮੈਨੂੰ ਗੱਲ ਪੁੱਛੀ ਹੋਣੀ ਆ ਜਾ ਕੇ ਦੂਜਿਆਂ ਨੇ ਇਹਦੀ ਬੜੀ ਸੀਪ ਲਾਈ ਹੋਣੀ ਤੂੰ ਕੀ ਪੁੱਛ ਬੈਠੀ ਉਹਨੂੰ ਜਿੱਦਾਂ ਆਪਣੇ ਮਹਿਫਲ ਚ ਲੱਗਦੀ ਬੇਇੱਜ਼ਤੀ ਕਰੀ ਜਾਂਦੇ ਕਿੰਨਾ ਖੁਸ਼ ਹੋਇਆ ਆਪਣੀ ਗੱਲ ਸੁਣ ਕੇ ਹੈ ਤੂੰ ਕਿਹੜੀ ਪੈਟਿਸ ਕਰੀ ਜਾਂਦਾ ਹੈ ਓਏ ਕਿਹੜੀ ਪੈਟਿਸ ਚੱਲਣ ਦੀ ਪੰਜ ਧਰੀ ਅੰਗੂਲਾਂ ਨਾਲ ਪਹਿਲਾਂ ਤੇਜ਼ ਕਰਨ ਡਿਆ ਚੱਲ ਚੱਲੀ ਯਾਰ ਉੱਠਦਾ ਜਦੋਂ ਮਾੜੇ ਨਾ ਹੀ ਗੱਡੀ ਫੜਕਦੀ ਉਹ ਭੈਣ ਜੀ ਆ ਪੈ ਗੱਡੇ ਹੋਏ ਸਾਡੇ ਕੁੱਟਾ ਮਾਰਦੇ ਬੰਦੇ ਨਾਲ ਭੱਜ ਜਾਣਾ ਹਾਂ ਤੂੰ ਰਸੋਈ ਜੀ ਖਲੋਤਾ ਜਦੋਂ ਗਿਆ ਹੈ ਉਹ ਰਸੋਈ ਜੀ ਜਦੋਂ ਵਾਪਸ ਆਇਆ ਫਿਰ ਰਸੋਈ ਜੀ ਕਿੱਥੇ ਗਿਆ ਸਾਲੇ ਉੱਤੇ ਕਿੱਥੇ ਲਏ ਆ ਸਾਲੇ ਓਏ ਸਾਲੇ ਕੇਵਲ ਕੇਵਲ ਨੰਬਰ 6 ਚੱਲ ਪਈ ਓਏ ਇਧਰੇ
ਤਿਆਰੀ ਦੋ ਚਾਰ ਦਿਨ ਰਹਿ ਗਏ ਤੇਰੇ ਇੱਥੇ ਚੰਡੀਗੜ੍ਹ ਦੇ ਹਵਾ ਲੱਗੀ ਤੈਨੂੰ ਚੰਡੀਗੜ੍ਹ ਦੀ ਜੰਮਦਿਆਂ ਨੂੰ ਜੰਮਦੇ ਚੱਲ ਪੁੱਤ ਪੈਣੀ ਨੇ ਕਦੇ ਕੱਦੂ ਲਟਾਉਂਦੇ ਵੇਖੀ ਕਦਾਂ ਆ ਰਹੀ ਵੀਡੀਓ ਨੂੰ ਵਿਖਾਇਆ ਕਰਨੀ ਮਾਸਾ ਵੱਡਾ ਹੈ ਹੈ ਇਹ ਇੱਕ ਹਿਸਾਬ ਦੀ ਮੈਮਰੀਜ਼ ਬਣਨੀਆਂ ਮੈਮਰੀਜ਼ ਆਪਣੀਆਂ ਨਹੀਂ ਹੈਗੀਆਂ ਇਹਦੀਆਂ ਹੀ ਹੈਂ ਸਾਡੇ ਤਾਂ ਘਰ ਦੇ ਪੁਰਾਣੀ ਫੋਟੋ ਮੰਗ ਲਈ ਤਾਂ ਵਿਗਾੜੀਆਂ ਟੁੱਟ ਕੇ ਪੈਂਦੇ ਆ ਕੀ ਕਹਿਤਾ ਅੱਜ ਸਾਰੀਆਂ ਗੱਲਾਂ ਮੂੰਹ 'ਚ ਆਪਣਾ ਨਿਕਲ ਜਾਂਦੀਆਂ ਉਹ ਕੁੜੀ ਵਾਲੀ ਗੱਲ ਜਿਹੜਾ ਮੈਨੂੰ ਹੱਸ ਆ ਜਾਂਦਾ ਆਪੇ ਹੀ ਮੈਨੂੰ ਨਾ ਨਾ ਮੈਨੂੰ ਇਹ ਉੱਪਰ ਕੋ ਜਾਏਗੀ ਮੈਂ ਕਿਹਾ ਥੱਲੇ ਜਗ੍ਹਾ ਹੈਗੀ ਜਾਣ ਨੂੰ ਗੱਡੀ ਲੈਣ ਤੁਹਾਨੂੰ ਪਹਿਲਾਂ ਦੱਸਦਾ ਸਵੇਰੇ ਗੱਡੀ ਆਊਗੀ ਨਵੀਂ ਨਕੋਰ ਹੈਂ ਰੰਗ ਦੱਸਾਂਗੇ ਸਵੇਰੇ ਕਿਹੜਾ ਆਉਣਾ ਤੇ ਗੱਡੀ ਵੀ ਸਵੇਰੇ ਤੁਹਾਨੂੰ ਦੱਸਾਂ ਕਿਹੜੀ ਆਉਣੀ ਆ ਬਾਕੀ ਤੁਸੀਂ ਗੈਸ ਕਰਦੇ ਰਹੋ ਸਵੇਰੇ ਮਿਲਦੇ ਹਾਂ ਜਿੰਨਾ ਵਲੌਗ ਦੇਖ ਲਿਆ ਅਗਲੀ ਤਿਆਰੀ ਕਰੋ ਕਮੈਂਟ ਕਰੋ ਲਾਈਕ ਕਰੋ ਤੇ ਜਿਹਨੂੰ ਚੰਗਾ ਲੱਗਿਆ ਵਲੌਗ ਸ਼ੇਅਰ ਕਰੋ ਜੇ ਨਹੀਂ ਟਾਈਮ ਪਾਸ ਹੋਣ ਡਿਆ ਤਾਂ ਇੰਸਟਾਗ੍ਰਾਮ 'ਤੇ ਜਾਓ ਸਨੈਪਚੈਟ 'ਤੇ ਜਾਓ ਠੀਕ ਹੈ ਅਤੇ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡਾ 450 ਕੇ ਪੂਰਾ ਕੀਤਾ ਕਿਉਂਕਿ ਮੇਰਾ ਧੰਨਵਾਦ ਕਰਨਾ ਤੁਹਾਡਾ ਹੀ ਬਣਦਾ ਹੈ ਨਾ ਮੇਰੀ ਕਿਸੇ ਨੇ ਸਟੋਰੀ ਨਹੀਂ ਪਾਈ ਹੈ ਨਾ ਮੇਰਾ ਧੰਨਵਾਦ ਤੁਹਾਡਾ ਕਰਨਾ ਬਣਦਾ ਜਿਹੜੇ ਤੁਸੀਂ ਓਕੇ ਓਕੇ ਬਿਜਲੀ ਖੜਕਣ ਡਈ ਆ ਠੀਕ ਹੈ ਬਾਏ ਬਾਏ ਜਿਹਦੇ ਬਾਜ਼ਰ ਨਜ਼ਾਰੇ ਲਓ